ਲਓ ਬਸ। ਦੇਖ ਬੀਬਾ, ਐਤਕੀ ਤੁਸੀਂ ਰੋਟੀ ਤਾਂ ਖਵਾਈ, ਪਰ ਪਹਿਲਾਂ ਵਾਲੀ ਸਰਦਾ ਨਹੀਂ ਰਹੀ ਤੁਹਾਡੇ ਚ ਹੁਣ। ਬਾਬਾ ਜੀ, ਸਰਦਾ ਤਾਂ ਉਹੀ ਹੈ, ਪਰ ਹੁਣ ਦੇਸੀ ਘਿਓ ਘਰ ਦਾ ਨਹੀਂ, ਡੈਰੀ ਦਾ ਘਿਓ ਹੈ। ਤੇ ਇੱਕ ਇਸ ਘਰ ਨੂੰ ਤਿੰਨ ਰੋਗ ਲੱਗ ਗਏ। ਤਿੰਨ ਰੋਗ ਲੱਗ ਗਏ? ਕਿਹੜੇ ਕਿਹੜੇ ਰੋਗ ਲੱਗ ਗਏ ਭਾਈ? ਬਾਬਾ ਜੀ, ਟਾਈਮ ਆਉਣ ਤੇ ਦੱਸੂਗੀ। ਠੀਕ ਹੈ ਭਾਈ, ਜਿੱਦੇ ਤੈਨੂੰ ਟਾਈਮ ਲੱਗਿਆ ਦੱਸ ਦੀ। ਠੀਕ ਹੈ ਬਾਬਾ ਜੀ। ਚੰਗਾ, ਭਲਾ ਕਰੇ ਭਾਈ। ਆ ਗਿਆ ਜੀ ਬੈਦ ਰੋਗੀਆਂ ਦਾ, ਆ ਗਿਆ ਜੀ ਬੈਦ ਰੋਗੀਆਂ ਦਾ। ਮਿੰਦਰ, ਸਤਿ ਸ੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ ਮਿੰਦਰ, ਕਿਵੇਂ ਆ ਭਾਈ? ਠੀਕ ਆ ਬਾਬਾ ਜੀ। ਠੀਕ ਹੈ, ਚਲੋ ਅੱਜ ਤੂੰ ਚਾਨਚੱਕ ਮਿਲ ਗਈ ਭਾਈ। ਤੂੰ ਐਂ ਦੱਸ, ਤੂੰ ਕਹਿੰਦੀ ਸੀ ਉਦੇ ਵੀ ਮੈਂ ਬਾਬਾ ਤੈਨੂੰ ਟਾਈਮ ਆਉਣ ਤੇ ਦੱਸੂਗੀ ਕੀ ਰੋਗ ਆ ਗਏ ਤੈਨੂੰ, ਤਿੰਨ ਰੋਗ ਜਿਹੜੇ ਲੱਗੇ ਐ। ਲੈ ਸੁਣ ਬਾਬਾ ਜੀ, ਤਿੰਨ ਰੋਗ ਇਹ ਨੇ, ਜੇ ਕਹਿੰਦੇ ਹੁੰਦੇ ਸੀਰੀ ਮਾਲਾ ਮਿਲ ਜੇ ਤਾਂ ਸਾਲ ਭਰ ਦਾ ਰੋਗ, ਜੇ ਨੂੰ ਮਾੜੀ ਆ ਜੇ ਤਾਂ ਉਮਰ ਭਰ ਦਾ ਰੋਗ, ਜੇ ਜ਼ਮੀਨ ਮਾੜੀ ਹੋਵੇ ਤਾਂ ਕੁਝ ਦਾ ਰੋਗ। ਇਹ ਤਿੰਨੇ ਰੋਗ ਮੇਰੇ ਘਰੇ ਨੇ। ਓਹੋ, ਇਹ ਤਿੰਨੇ ਰੋਗ ਤੇ ਕਿੱਧਰ ਬੁੜੀਆਂ ਮਰਨਾ ਕਿੱਧਰ ਹਲ ਉਕੜੂ। ਜੇ ਸੀਰੀ ਮਾੜਾ ਮਿਲ ਜੇ ਤਾਂ ਸਾਲ ਦਾ ਦੁੱਖ ਹੋ ਜਾਂਦਾ, ਮੰਨੀ ਤੇਰੀ ਗੱਲ। ਇਹ ਨੂੰ ਚੱਜਦੀ ਨਾ ਆਵੇ ਤਾਂ ਉਮਰ ਦਾ ਹੋ ਜਾਂਦਾ, ਜ਼ਮੀਨ ਕੋਲ ਤੇ ਰੋਟੀ ਖਵਾਉਣ ਦੇ ਵਿੱਚ ਸਰਦਾ ਵਾਲਾ ਪ੍ਰੇਮ ਕਿੱਥੇ ਹੈ? ਮੈਂ ਤਾਂ ਉਹ ਪੁੱਛਾ ਸੀ ਭਾਈ। ਉਹ ਵੀ ਦੱਸਦੀ ਆ ਤੁਹਾਨੂੰ, ਸੁਣੋ ਤਾਂ ਸਹੀ। ਹਾਂ, ਸੀਰੀ ਚੱਜਣਾ ਉਹਨਾਂ ਨੂੰ ਪਾਉਂਦਾ ਹੋਵੇ ਕੱਖ ਕੰਡਾ, ਸੇਵਾ ਕਰਦਾ ਹੋਵੇ ਤਾਂ ਘਰ ਦਾ ਘਿਓ ਵਧੀਆ ਹੋਵੇ, ਵਧੀਆ ਦੁੱਧ ਹੋਵੇ। ਦੁੱਧ ਜ਼ਿਆਦਾ ਹੋਊ ਤਾਂ ਘਿਓ ਫੇਰ ਹੀ ਰਿੜਕੂਗੀ ਨਾ, ਫੇਰ ਹੀ ਘਿਓ ਵਧੀਆ ਨਿਕਲੂ। ਇਹ ਤਾਂ ਗੱਲ ਠੀਕ ਹੈ, ਫੇਰ ਹੀ ਮੈਂ ਤੁਹਾਨੂੰ ਘਰ ਦਾ ਘਿਓ ਪਾਉਣੀ ਰੋਟੀ ਚ, ਹੈ ਨਾ। ਤੇ ਜੇ ਕਹਿੰਦੇ ਹੁੰਦੇ ਆ ਵੀ ਨਹੀਂ ਵਧੀਆ ਹੋਵੇ ਤਾਂ ਉਹ ਵੀ ਸੇਵਾ ਕਰਦੀ ਕੁਛ ਤਾਂ, ਹਾਂ ਘਰ ਨੂੰ ਸੰਭਾਲਦੀ, ਹੈ ਨਾ, ਤਾਂ ਫੇਰ ਸਾਰਾ ਕੁਛ ਵਧੀਆ ਹੀ ਹੁੰਦਾ। ਵਧੀਆ ਰੋਟੀ ਪਾਣੀ ਖਵਾਉਣ ਤੁਹਾਨੂੰ ਸਰਦਾ ਨਾਲ, ਉਹ ਤਾਂ ਠੀਕ ਹੈ ਭਾਈ। ਜਿਹੜੀ ਜ਼ਮੀਨ ਮਾੜੀ ਹੁੰਦੀ ਹੈ ਕਹਿੰਦੇ ਹੁੰਦੇ ਆ ਜੇ ਉਹ ਚ ਕੁਛ ਉਗਰਿਆ ਹੀ ਨਾ, ਹੋਇਆ ਹੀ ਨਾ, ਤਾਂ ਕੁਲ ਮਾੜੀ ਆਪੇ ਹੀ ਹੋ ਗਈ, ਸਮਝ ਗਏ? ਉਪਜਾਊ ਨਾ ਹੋਈ ਜ਼ਮੀਨ। ਸਮਝ ਗਏ ਮਹਿੰਦਰ ਕੌਰ, ਸਮਝ ਗਏ ਵੀ ਤਿੰਨੇ ਰੋਗ ਤੈਨੂੰ ਵੱਡੇ ਚਿੰਬੜ ਗਏ। ਵੱਡੇ ਚਿੰਬੜ ਗਏ, ਆਹ ਗੱਲ ਸੀ ਬਾਬਾ ਜੀ। ਉਦਾਂ ਨੂੰ ਤਾਂ ਸੀਰੀ ਕੋਲੇ ਸੀ, ਮੈਂ ਤੁਹਾਨੂੰ ਕੀ ਦੱਸਦੀ? ਹਾਂ ਚੱਲ, ਅੱਜ ਤਾਂ ਕੋਈ ਨੀ ਕੋਲੇ, ਤੇਰੇ ਸਾਰੇ ਦੁੱਖ ਮੈਂ ਸੁਣ ਲਏ, ਹੁਣ ਇਹਨਾਂ ਦਾ ਇਲਾਜ ਫਿਰ ਬਾਬੇ ਕਰਨਗੇ। ਫਿਰ ਕਰੋ, ਫਿਰ ਕੀ ਕਰੋਗੇ? ਕੋਈ ਨੀ ਮਹਿੰਦਰ, ਹਜੇ ਮਾੜਾ ਜਿਹਾ ਦਿਲ ਧੀਰਾ ਰੱਖ, ਕੋਈ ਨੀ ਸਭ ਕੁਛ ਹੋ ਜਾਊਗਾ। ਚਲੋ ਠੀਕ ਹੈ ਬਾਬਾ ਜੀ, ਪਰ ਕਰਿਓ ਜ਼ਰੂਰ ਜੇ ਤੁਹਾਡੇ ਹਿਸਾਬ ਚ ਆਉਂਦੀ ਹੈ ਕਹਾਣੀ ਮੇਰੇ ਘਰ ਦੀ। ਕੋਈ ਨੀ ਕੋਈ ਨੀ, ਭਰੋਸਾ ਰੱਖ ਪਹਿਲਾਂ ਵਾਂਗੂ ਤੂੰ ਬਾਬਿਆਂ ਤੇ। ਭਰੋਸਾ ਹੈ, ਪੂਰਾ ਭਰੋਸਾ। ਠੀਕ ਹੈ ਭਾਈ, ਠੀਕ ਹੈ ਬਾਬਾ ਜੀ, ਚਲ ਵਧੀਆ। ਜੇ ਇਹਨਾਂ ਦੀ ਕੋਈ ਹਿਸਾਬ ਚ ਕਹਾਣੀ ਘਰ ਦੀ ਮੇਰੇ ਦੀ ਆ ਜਾਏਗੀ ਹਿਸਾਬ ਚ, ਖਬਰਾਂ ਕੋਲ ਤੁਰੀ ਜਾਵੇ, ਤਰੀ ਜਾਵੇ, ਹੈ ਮੇਰੀ ਨੂੰਹ ਸਿਆਣੀ ਬਣ ਜੇ, ਸਾਡਾ ਸੀਰੀ ਸਾਹਿਬ ਸਿਰ ਆ ਜੇ, ਕਰੇ ਸੇਵਾ ਮੱਝਾਂ ਦੀ, ਉਹੀ ਘਰ ਦਾ ਘਿਓ ਨਾਲ ਇਹਨੂੰ ਰੋਟੀ ਪਾਣੀ ਉਵੇਂ ਹੀ ਖਵਾਵਾਂ ਸਰਦਾ ਨਾਲ। ਹੁਣ ਮੇਰੇ ਕੀ ਸਾਰੇ ਇਕੱਲੀ ਦੇ, ਇਹ ਤਾਂ ਸਾਰਾ ਪਰਿਵਾਰ ਹੀ ਰਲ ਮਿਲ ਕੇ ਸੇਵਾ ਕਰੇ, ਉਧਰੋਂ ਜ਼ਮੀਨ ਉਪਜਾਊ ਹੋ ਜੇ ਤਾਂ ਹੋਰ ਕੀ ਚਾਹੀਦਾ ਮੈਨੂੰ ਫਿਰ, ਤੇ ਸਾਰਾ ਕੁਛ ਉਵੇਂ ਹੀ ਸਰਦਾ ਨਾਲ ਕਰਿਆ ਕਰੂੰ ਮੈਂ। ਮੰਮੀ, ਆਹਾ, ਏ ਮੰਮੀ। ਹਾਂ ਹਾਂ ਰੀਤਾ, ਆ ਜਾ। ਕਿ ਬਾਰੇ ਖੁਸ਼ ਜੀ ਨਜ਼ਰ ਆਈ ਜਾਂਦੀ ਹੈ? ਖੁਸ਼ ਹੋਵਾਂ ਨਾ, ਮੇਰੀ ਪੜ੍ਹਾਈ ਹੋ ਗਈ ਪੂਰੀ, ਮੈਂ ਤਾਂ ਪੜ੍ਹ ਪੜ੍ਹ ਕੇ ਨਾ ਥੱਕ ਗਈ ਸੀ, ਹੁਣ ਨੀ ਮੈਂ ਹੋਰ ਪੜ੍ਹਨਾ ਪੜ੍ਹਨਾ ਹੈਗਾ ਬਸ, ਹੁਣ ਤਾਂ ਮੈਂ ਨਜ਼ਾਰੇ ਨਾਲ ਨਾ ਸੋਇਆ ਕਰੂੰਗੀ, ਨਾਲੇ ਨਾ ਨਵੀਆਂ ਨਵੀਆਂ ਚੀਜ਼ਾਂ ਬਣਾ ਕੇ ਖਾਇਆ ਕਰੂੰਗੀ। ਐ ਕਰ ਮੰਮੀ, ਜਾ ਤੂੰ ਨੂਡਲ ਬਣਾ ਕੇ ਲੈ ਕੇ ਆ, ਜਾ ਸੌਣਾ ਕਿਤੇ, ਕੰਮ ਸਿੱਖਿਆ ਘਰ ਦਾ ਕੰਮ ਮਾੜਾ ਮੋਟਾ, ਪੜ੍ਹਾਈ ਪੂਰੀ ਹੋ ਗਈ ਜਮਾ, ਕਿਹੜਾ ਕੰਮ ਸਾਂਭ ਹੋਣਾ। ਮੈਂ ਮੂੰਹ ਨੀ ਕਰਦੀ ਕੰਮ ਕੁੰਮ,
ਮੈਂ ਤਾਂ ਐਸ਼ ਕਰਨੀ ਆ ਬਸ। ਐਸ਼ ਤਾਂ ਕਰਨੀ ਆ, ਕੱਲ ਨੂੰ ਬਗਾਨੇ ਘਰੇ ਜਾਣਾ ਹੈਗਾ। ਅਗਲੀ ਆਖੂਗੀ ਕੰਮ ਨੀ ਸਿਖਾਇਆ ਮਾਂ ਨੇ। ਕੋਈ ਨਾ, ਮੈਨੂੰ ਆਉਂਦੇ ਹੀ ਨੀ ਸਾਰੇ ਕੰਮ। ਹੁਣ ਪਹਿਲਾਂ ਕਹੀ ਜਾਂਦੀ ਸੀ ਮੰਮੀ ਤੂੰ ਪੜ੍ਹ ਲਾ ਹੁਣ ਤੂੰ ਕੰਮ। ਮੈਂ ਨੀ ਸਿੱਖਦੀ ਸੁੱਖਦੀ ਕੋਈ ਕੰਮ ਕੁੰਮ। ਸਿੱਖਦੀ ਕਿਵੇਂ ਨੀ, ਸਾਰਾ ਕੰਮ ਕਰਿਆ ਕਰ ਘਰ ਦਾ, ਨਾ ਮੇਰੇ ਨਾਲ ਉੱਠਿਆ ਕਰ ਸਵੇਰੇ, ਮਾੜਾ ਮੋਟਾ ਹੱਥ ਪਟਾਇਆ ਕਰ। ਮੈਂ ਕੱਲੀ ਔਖੀ ਹੋਈ ਜਾਂਦੀ ਰਹਿੰਦੀ ਹਾਂ। ਕਾਹਤੋਂ, ਤੂੰ ਤੇਰੀ ਪੜ੍ਹਾਈ ਪੂਰੀ ਹੋ ਗਈ, ਕੱਲ ਨੂੰ ਤੇਰਾ ਵਿਆਹ ਵੀ ਕਰਨਾ। ਫਿਰ ਕੋਈ ਨਾ, ਕਰ ਦਿਓ ਵਿਆਹ, ਮੈਂ ਆਪੇ ਕਰ ਲਿਆ ਕਰੂੰਗੀ, ਉੱਥੇ ਕੰਮ ਉਰੇ ਨੀ ਮੈਂ ਕਰਦੀ। ਜਿੰਨਾ ਸੱਸ ਆਖੂਗੀ ਉਹਨੂੰ ਕੁਛ ਨੀ ਸਿਖਿਆ ਕੇ ਤੋਰਿਆ। ਆਉਂਦਾ ਤਾਂ ਹੈਗਾ ਮੈਨੂੰ ਸਾਰਾ ਕੰਮ। ਸਬਜ਼ੀ ਆਉਂਦੀ ਬਣਾਉਣੀ? ਨਾ। ਫਿਰ ਉਹ ਸਿੱਖ ਲੂ ਕੱਲੀ, ਕੋਈ ਨਾ ਉਹ ਸਿੱਖ ਲੂ ਰੋਟੀਆਂ ਦਾ ਸੱਤ ਖੁੰਜਾ ਕੱਢਦਾ ਨੀ ਹੈ। ਕੀ ਆ ਮੰਮੀ, ਤੂੰ ਕਦੇ ਵਾਸਤੇ ਐਂ ਦੱਸੀ ਪਹਿਲਾਂ? ਮੰਮੀ ਤੇਰੇ ਨਾਲ ਨੀ ਵਗ ਜੂਗੀ, ਜਦੋਂ ਵਿਆਹ ਚ ਥੋੜੇ ਦਿਨ ਰਹਿ ਗਏ ਤੇ ਸਿੱਖ ਲੂੰਗੀ। ਤੂੰ ਹੁਣ ਬਸ, ਅੱਜ ਤਾਂ ਤੇਰੀ ਪੜ੍ਹਾਈ ਪੂਰੀ ਹੋ ਗਈ, ਬਸ ਆਦਾ ਕੱਲ ਤੂੰ ਚੁੱਲ੍ਹੇ ਦਾ ਕੰਮ ਸਾਂਭਿਆ ਕਰ। ਮੈਂ ਤਾਂ ਸੌਂਦੀ ਹਾਂ, ਪਰ ਸੌਣ ਸਾਂ ਨੀ, ਤੂੰ ਖੜੀ ਹੋ। ਮੈਂ ਤਾਂ ਸੌਂਗੀ, ਮੈਂ ਥੱਕੀ ਪਈ ਆ ਮੰਮੀ। ਥੱਕਣ ਨੂੰ ਰਸ ਗਿਆ ਤੇ ਹਾਲ ਜੋੜ ਕੇ ਆਈ ਆ ਤੂੰ। ਕੀ ਦੇਖੀ ਤੂੰ ਕਹੇ ਜੀ ਆ? ਕੋਈ ਨਾ, ਮੇਰੇ ਡੈਡੀ ਨੂੰ ਆ ਜਾਂਦੇ। ਆ ਜਾਂਦੇ ਫਿਰ ਤਾਂ ਡੈਡੀ ਨੂੰ ਆ ਜਾਂਦਾ ਦਾ, ਉਹਨੇ ਸਮਲਾਈ ਆ ਸਿਰ ਚਾੜ ਰੱਖੀ ਹੈਗੀ। ਸੋਣਾ ਵੀ ਨਹੀਂ ਮੰਦੇ ਨੇ। ਨਹੀਂ ਸੋਣਾ, ਕੰਮ ਕਰਵਾਇਆ ਕਰ। ਮੇਰੇ ਡੈਡੀ ਹੈਗਾ ਨਾ, ਤੇਰੇ ਪਵਾ ਮੰਮੀ ਲੱਤਾਂ ਤਾਂ ਮੈਂ ਦੇਖੀ ਚੱਲੀ। ਹੁਣ ਤਾਰੀ ਤੇ ਤੈਨੂੰ ਬਿੰਦਕ ਦਾ ਗੁੱਸਾ ਲੱਗੂ ਪੁੱਤ, ਤੇਰੇ ਕੰਮ ਦੀ ਗੱਲ ਕਹਿਨੀ ਆ। ਗਾਂ ਸੱਸ ਮਿਲਾ ਮਾਰ ਦੂਗੀ ਡੈਡੀ। ਮੰਮੀ ਨਾ ਮੈਨੂੰ ਸੌਣ ਵੀ ਨਹੀਂ ਦਿੰਦੀ ਹੈਗੀ, ਨਾ ਕੋਈ ਚੀਜ਼ ਬਣਾ ਕੇ ਲਿਆਉਂਦੀ ਮੇਰੇ ਵਾਸਤੇ। ਮੈਂ ਕਿਹਾ ਮੇਰੀ ਪੜ੍ਹਾਈ ਪੂਰੀ ਹੋ ਗਈ ਵੀ, ਮੈਨੂੰ ਹੁਣ ਨਾ ਐਸ਼ ਕਰ ਲੈਣ ਦੇ। ਲੈ ਭਾਈ ਹੁਣ ਹੁਣ ਤੱਕ ਐਸੀ ਕਰੀ ਆ, ਅਸੀਂ ਕਿਹੜਾ ਤੈਨੂੰ ਕਦੇ ਕੁਛ ਕਿਹਾ ਹੈਗਾ? ਹੁਣ ਤੱਕ ਐਸੀ ਕਰਾਈ ਆ, ਆਪਦੀ ਮਰਜ਼ੀ ਨਾਲ ਤੂੰ ਉੱਠਦੀ ਹੈਗੀ, ਆਪਦੀ ਮਰਜ਼ੀ ਨਾਲ ਤੂੰ ਸਾਰੇ ਕੰਮ ਕਰਦੀ ਆ। 4 ਵਜੇ ਉਠਾਉਂਦੀ ਸੀ ਮਾਤਾ ਮੈਨੂੰ। ਓਹੋ, ਉਹ ਤੇਰੇ ਕੰਮ ਆਊਗਾ ਜਿਹੜਾ ਇਹਨੇ ਤੈਨੂੰ ਕੰਮ ਸਿਖਾਇਆ ਨਾ, ਗਾਹਾਂ ਜਾ ਕੇ ਮੂਹਰੇ ਕੰਮ ਆਊਗਾ। ਅਗਲਾ ਵੀ ਕਹੂ ਹਾਂ ਬਾਕੀ ਜਿਸ ਦਾ ਸਿਖਾਇਆ ਵਾ, ਜੇ ਕੁਛ ਨਾ ਜਾਣਦੇ ਹੋਈ ਨਾ, ਅਗਲਾ ਨਾਲੇ ਮਾਂ ਨੂੰ ਤੇ ਨਾਲ ਪਿਓ ਨੂੰ ਦੋਨਾਂ ਨੂੰ ਫੜ ਲੈਂਦਾ। ਇਹੀ ਗੱਲ ਤਾਂ ਮੈਂ ਸਮਝਾਈ ਜਾਂਦੀ ਜੀ ਇਹਨਾਂ ਨੂੰ। ਆ ਜਿਹੜਾ ਤੈਨੂੰ ਕੰਮ ਸਿਖਾਇਆ ਨਾ, ਤੂੰ ਗੱਲ ਯਾਦ ਰੱਖੀ, ਗਾਹਾਂ ਜਾ ਕੇ ਕੰਮ ਆਊ ਤੇਰੇ। ਚੱਲ ਠੀਕ ਆ ਡੈਡੀ, ਫਿਰ ਅੱਜ ਤਾਂ ਸੌ ਜਾਣ ਦੋ। ਅੱਜ ਤਾਂ ਕੋਈ ਗੱਲ ਨੀ ਭਾਈ, ਚਾਰ ਦਿਨ ਸੌ ਜਾ, ਪਰ ਇਹਦੀ ਮੰਨਿਆ ਕਰ ਗੱਲ, ਜਿਹੜਾ ਕੰਮ ਤੈਨੂੰ ਨਹੀਂ ਆਉਂਦਾ ਉਹਦਾ ਸਿੱਖ ਲਾ ਭਾਈ, ਉਹਦੇ ਤੇਰੇ ਕੰਮ ਹੀ ਆਊ, ਸਾਡੇ ਨੀ ਕੰਮ ਆਉਂਦਾ ਉਹ। ਹੁਣ ਤਾਂ ਇੱਥੇ ਤੇਰੀ ਮਾਂ ਕਰੀ ਜਾਂਦੀ ਆ, ਕੱਲ ਨੂੰ ਤੇਰਾ ਵਿਆਹ ਹੋ ਜਾਏ ਤੇ ਕਿਹੜਾ ਤੇਰੇ ਨਾਲ ਵਗ ਜੂਗੀ, ਇਹਦਾ ਆਦੇ ਇੱਥੇ ਰਹੂਗੀ, ਕੰਮ ਤੇ ਨਹੀਂ ਕਰਨਾ ਪਊ। ਉਹੀ ਤਾਂ ਫੇਰੇ ਦੀ ਹੰਡ ਆ, ਉਹ ਹਿੰਡ ਨੂੰ ਤਾਂ ਪਿੱਛਾ ਨਹੀਂ ਦਿੰਦੀ। ਇੱਥੇ ਹੁਣ ਐ ਨਾ ਹੋਵੇ ਚੱਕ ਕੇ ਕਿਤਾਬਾਂ ਜਿਵੇਂ ਉਹ ਸਹੇਲੀ ਕੋਲੇ ਵਗ ਗਈ, ਉਹਦੇ ਕੋਲੇ ਵਗ ਗਈ, ਹੁਣ ਤੇਰੀ ਪੜ੍ਹਾਈ ਪੂਰੀ ਹੋ ਗਈ। ਨਾਲੇ ਤਾਂ ਮੈਂ ਤੈਨੂੰ ਕਿੰਨੀਆਂ ਗੱਲਾਂ ਸਮਝਾਈਆਂ, ਆ ਸਿਰ ਸੋ ਢੱਕ ਕੇ ਰੱਖਿਆ ਕਰ, ਉਹੀ ਆਦਤ ਪਾ ਜਾਂਦੀ ਹੁੰਦੀ ਆ, ਚੁੰਨੀ ਚਾਨੀ ਸਿਰ ਤੇ ਲੈ ਕੇ ਰੱਖਿਆ ਕਰ। ਅਗਲਾ ਕਹਿੰਦਾ ਕੁਛ ਸਿਖਾਈ ਨੀ ਗਾਹਾਂ, ਕੋਈ ਨਾ ਡੈਡੀ ਢੱਕ, ਗਾਹਾਂ ਕਈ ਵਾਰੀ ਅਗਲਾ ਪ੍ਰਭਾਵ ਕਿਹਾ ਜਾਂਦਾ, ਗੁਰੂ ਸਿੱਖ ਵਾਲਾ ਹੋਵੇ ਅੰਮ੍ਰਿਤ ਸਕਿਆ ਹੋਵੇ, ਫਿਰ ਅਗਲਾ ਸਿਰ ਢੱਕ ਕੇ ਰੱਖਦਾ, ਉਹੀ ਜਿਹਾ ਪੜ੍ਹਨਾ ਪੈਂਦਾ ਗਾ, ਉਹੀ ਜਿਹਾ ਆਦਤ ਰੱਖਿਆ ਕਰ, ਆਦਤ ਪਾ ਜਾਂਦੀ ਬੰਦੇ ਨੂੰ ਉਹੀ। ਚਲੋ ਤਾਂ ਘਰੇ ਰਹਿੰਦੀ ਆ ਤਾਂ ਕਰਕੇ ਗੱਲ ਜੇ ਚ ਟੰਗ ਲੱਗਦੀ ਆ, ਬਾਹਰ ਅੰਦਰ ਤਾਂ ਇਹਨੂੰ ਬਥੇਰਾ ਕਹਿੰਦੀ ਹੁੰਦੀ ਆ ਸਿਰ ਤੇ ਲੈ ਲਿਆ ਕਰ ਦੁਪੱਟਾ, ਟੱਕ ਕੇ ਜਾਂਦੀ ਹੁੰਦੀ ਆ ਮੈਂ, ਉਹੀ ਨਾ ਕਿਸੇ ਕੋਲੇ ਖੜਿਆ ਕਰ ਬੁੜੀ ਵਾੜੀ ਕੋਲੇ। ਠੀਕ ਆ, ਨਹੀਂ ਕਰਦੀ, ਅਗਲੀਆਂ ਪੁੱਠੀਆਂ ਮੱਤਾਂ ਦਿੰਦੀਆਂ ਨੇ, ਮੈਂ ਲੈਂਦੀ ਨੀ ਕਿਸੇ ਤੋਂ ਮੱਤਾਂ। ਚਲੋ ਤੁਸੀਂ ਕਰੋ ਗੱਲਾਂ ਬਾਤਾਂ, ਮੈਂ ਉਧਰ ਆਪਣਾ ਮਕਾਨ ਜਾ ਬਣੀ ਜਾਂਦਾ, ਮੈਂ ਕਿਹਾ ਉਧਰ ਜਾਇਆ ਮੈਂ, ਤੁਸੀਂ ਕਰੋ ਗੱਲਾਂ। ਬੋਲੇ ਜਾ ਕੀ ਕਰਦੀ ਆ? ਸੁਣਨੀ ਆ ਮੈਂ ਤਾਂ। ਸੌਂ ਜਾ ਚਲ ਮੈਂ ਬਣਾਉਣੀ ਆ ਚਾਹ ਦੀ ਕੁੱਟ, ਪੀ ਕੇ ਚਾਹ ਦੀ ਕੁੱਟ ਤੇ ਕੰਮ ਚ ਮਾਣ ਜੀ। ਚੰਗਾ, ਕੱਪੜੇ ਬਥੇਰੇ ਪੈਣੇ ਧੋਣ ਵਾਲੇ, ਹਜੇ ਨੀ ਮੈਂ ਧੋਂਦੀ। ਹੋਰ ਕਦੋਂ ਧੋਵੇਂਗੀ? ਕੱਲ ਨੂੰ। ਚੱਲ ਤਾਈ ਧੋਣੇ, ਜੋ ਮਰਜ਼ੀ ਧੋ ਦੀ। ਠੀਕ ਆ, ਧੋ ਦੂੰਗੀ। ਮੈਂ ਕਿਤਾਬਾਂ ਜਿਹਾ ਪੈਂਗਾ ਕੁੜੀ ਦੀਆਂ, ਆ ਪਤਾ ਨੀ ਕਿੱਥੋਂ ਨੂੰ ਆ ਗਈ। ਅਮਨਾ, ਹਾਂਜੀ, ਕੀ ਕਰੀ ਜਾਂਦੀ ਆ? ਕੁਛ ਨੀ, ਬਸ ਕੰਮ ਜਿਹਾ ਲੱਗ ਰਹੀ ਸੀ ਕਰਨ। ਕਿਤਾਬਾਂ ਇੱਥੇ ਰੱਖ ਗਈ? ਆ ਪੈਂਗਾ, ਲੈ ਦੇਖ ਲੈ ਮਾੜਾ, ਖੁੱਲ ਖੇਡ ਕੇ ਦੇਤੀ ਕਿਤਾਬਾਂ ਵੀ, ਉਰੀ ਧੱਕ ਕੇ ਜਾ ਵੜੀ।
ਉਹ ਚਾ ਕੋਈ ਜੋ ਅੱਖਾਂ ਦੇ ਪਾਸੇ ਹੋਣ ਮਲਾ ਸੁੱਤੀ ਪਈ ਹੋਣੀ ਹੈਗੀ ਬਸ ਹੁਣ ਅੰਦਰ ਜਾ ਕੇ ਪੈ ਗਈ ਉਹ ਫਿਰ ਉਹਨੇ ਕਰਨਾ ਹੈ ਤੇ ਨਾ ਮੈਂ ਸੱਚ ਆਂ ਕਹਿੰਦੀ ਕੋਈ ਥਾਂ ਫੂੰ ਦੇਖ ਲਾ ਦੇ ਥਾਂ ਮੈਂ ਦੇਖਿਆ ਵਧੀਆ ਮਿਸਤਰੀ ਲੱਗੇ ਪਏ ਆ ਤੇ ਸਾਰਾ ਕੰਮ ਕਰੀ ਜਾਂਦੇ ਆ ਆਪਾਂ ਨੂੰ ਤਾਂ ਠੇਕੇ ਦੇ ਦਿੱਤਾ ਹੈ ਓਹੋ ਮੈਂ ਉਹ ਥਾਂ ਦੇ ਨਹੀਂ ਗੱਲ ਕਰਦੀ ਮੈਂ ਤਾਂ ਫੁੱਟ ਕੇ ਕਰੂੰ ਮੈਂ ਤਾਂ ਕੁੜੀ ਬਾਰੇ ਪੁੱਛ ਰਹੀ ਹਾਂ ਕੁੜੀ ਬਾਰੇ ਕੱਲ ਨਹੀਂ ਸਮਝਾ ਮੈਂ ਕੁੜੀ ਖਾਤਰ ਦੇਖ ਲਾ ਦੇ ਕੋਈ ਥਾਂ ਥੂੰ ਪੜ੍ਹਾਈ ਪੂਰੀ ਹੋ ਗਈ ਰਿਸ਼ਤਾ ਸਮਰਤ ਆਏ ਕਹਿੰਦੇ ਵੀ ਉਧਰ ਥਾਂ ਦੇਖ ਆਉਂਦਾ ਜਾ ਕੇ ਮਹਾ ਮਿਸਤਰੀ ਵੀ ਲੱਗਿਆ ਹੋਇਆ ਉਧਰ ਕੀ ਹੈ ਸੱਚੀ ਮੇਰੇ ਪਿਓ ਨੇ ਕੁਝ ਨਹੀਂ ਦੇਖਿਆ ਐਂ ਧੱਕਾ ਦੇਤਾ ਖੂਚ ਖੂਚ ਧੱਕਾ ਦੇ ਉਹ ਆਪਣੇ ਸਾਰਾ ਕੁਝ ਹੈਗਾ ਆ ਦੇਖ ਲਾ ਬਰੋਬਰ ਦੀ ਕੁੜੀ ਹੋ ਗਈ ਹਜੇ ਵੀ ਮੁੰਡਾ ਖੁੰਡਾ ਪਿਆਗਾ ਹਜੇ ਹੋ ਕੀ ਚਾਹੀਦਾ ਤੈਨੂੰ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਅਤੇ ਮੁੰਡਾ ਖੁੰਡਾ ਪਿਆ ਗੱਲ ਤਾਂ ਤੇਰਾ ਕੋਈ ਨਹੀਂ ਸਮਝ ਚ ਆਉਂਦੀ ਜੇ ਪੈਣੀ ਤਾਂ ਹੋਰ ਪੁੱਠੇ ਪਾਸੇ ਵਗ ਜਾਣਾ ਸਹੀ ਗੱਲ ਹੈ ਮੇਰੇ ਪਿਓ ਨੇ ਕੁਛ ਨਹੀਂ ਦੇਖਿਆ ਇੱਕ ਵਾਰ ਮੁੰਡਾ ਖੁੰਡਾ ਦੇਖ ਲਿਆ ਵੀ ਬਸ ਸੋਹਣਾ ਹੈਗਾ ਦੇਖ ਲੋ ਆਪਣੇ ਕੋਲ ਹੈ ਵੀ ਕੀ ਨਹੀਂ ਚੰਗੀ ਹੁਣ ਉਧਰ ਕੋਠੀ ਪਾਤੀ ਕੋਠੀ ਕਹਿੰਦੇ ਸੀ ਮੈਨੂੰ ਨਹੀਂ ਸਮਝ ਆਉਂਦੀ ਗੱਲ ਦੀ ਕਿਸੇ ਚੀਜ਼ ਦੀ ਘਾਟ ਮੈਨੂੰ ਦੱਸ ਦੇ ਸਾਰਾ ਦਿਨ ਬਸ ਉਹ ਕੋਠੀ ਉਹਦੇ ਬਿੱਤੀ ਬਰੋਬਰ ਦੀ ਹੋ ਰਹੀ ਹੈਗੀ ਉਹ ਮੈਨੂੰ ਵੀ ਪਤਾ ਬਰੋਬਰ ਦੀ ਹੋ ਰਹੀ ਆ ਹੁਣ ਪੜ੍ਹਾਈ ਤਾਂ ਹੁਣ ਪੂਰੀ ਕੀਤੀ ਹੈ ਹੁਣੀ ਆਪਾਂ ਇਹਦਾ ਫਿਰ ਰਿਸ਼ਤਾ ਕਰਾਂਗੇ ਜੇ ਪੜ੍ਹਾਈ ਹੁਣ ਪੂਰੀ ਹੋਈ ਆ ਜੇ ਹੁਣ ਤੋਂ ਦੇਖਾਂਗੇ ਤਾਂ 4 ਸਾਲ ਟੱਪਣਗੇ ਦੇਖਦੇ ਕਰਦੇ ਵੀ ਚਾਰ ਚੋਰ ਨਹੀਂ ਟਪਾਉਂਦੇ ਮੈਂ ਤਾਂ ਜਦੋਂ ਦੇਖਣ ਲੱਗਾ 10-15 ਚ ਕੰਮ ਕਰ ਦੂੰਗਾ ਤੂੰ ਕਹਿਤਾ ਤੇ ਖਾਮੇ ਨਾਲ ਕੰਮ ਹੋ ਗਿਆ ਆਈ ਨਹੀਂ ਧੱਕਾ ਦੇਣਾ ਉਹ ਤਾਂ ਕਦਾਂ ਨਹੀਂ ਦਿੰਦਾ ਦੇਖ ਕੇ ਕਰਾਂਗੇ ਲੈ ਹੁਣ ਮੈਂ ਕਹਿੰਦਾ ਧੱਕਾ ਦੇਣ ਲੱਗ ਗਿਆ ਉਹਨੂੰ ਕਿਤੇ ਆਦੇ ਮੰਮੂ ਨਾ ਦੇਖਿਆ ਹੀ ਤੇ ਅੱਗੇ ਹੋਰ ਕੁਛ ਤੇ ਲੱਭੇ ਹੋਰ ਕੁਛ ਆਪਦੇ ਮੈਨੂੰ ਮੈਂ ਗੱਲ ਨਹੀਂ ਸਮਝਿਆ ਤੇਰੀ ਹੋਰ ਹੁਣ ਕਹੀ ਤਾਂ ਜਾਂਦੀ ਆ ਮੈਂ ਕੁੜੀ ਦਾ ਥਾਂ ਖੜਾ ਦੇਖ ਲਿਆ ਤੇ ਮੈਂ ਬਸ ਦੇਖ ਕੇ ਆਇਆ ਮਿਸਤਰੀ ਲੱਗਿਆ ਪਿਆ ਵਧੀਆ ਬਣ ਗਿਆ ਮਕਾਨ ਵੀ ਉਹ ਮਕਾਨ ਦੀ ਨਹੀਂ ਮੈਂ ਗੱਲ ਕਰਦੀ ਸੀ ਮਾੜਾ ਮੋਟਾ ਸੋਚ ਸਮਝ ਲਿਆ ਕਰੋ ਉਹ ਚਲੋ ਠੀਕ ਹੈ ਜਨਾਬ ਜੀ ਸੋਚ ਲਿਆ ਕਰਾਂਗੇ ਜੀ ਛੋਟੀ ਮਾਰ ਲਿਆ ਕਰਾਂਗੇ ਚਲੋ ਕਹਿਤਾ ਰਿਸ਼ਤਾ ਕਹਿਤਾ ਅੱਜ ਮੈਂ ਕਿਸੇ ਵਿਚੋਲੇ ਨੂੰ ਕਹਿਣਾਗਾ ਤੇ ਆਪਾਂ ਨੂੰ ਦਿਖਾ ਦੂਗਾ ਥਾਂ ਨਾਲੇ ਐ ਹੋਵੇ ਮੁੰਡਾ ਪੜਾ ਲਿਖਿਆ ਹੋਵੇ ਵਧੀਆ ਬਹੁਤ ਟੱਬਰ ਨਾ ਹੋਵੇ ਛੋਟਾ ਜਿਹਾ ਟੱਬਰ ਹੋਵੇ ਉਹ ਛੋਟਾ ਜਿਹਾ ਕੀ ਹੁੰਦਾਗਾ ਹੁਣ ਇੱਕ ਇਹ ਮੁੰਡਾ ਤਾਂ ਕਦੇ ਹੋਊਗਾ ਹੀ ਹੋਊਗਾ ਪਿਓ ਵੀ ਹੋਊਗਾ ਤੇ ਮਾਂ ਵੀ ਹੋਊਗਾ ਮੈਂ ਇੰਨਾ ਕਿ ਤਾਂ ਹੁੰਦਾ ਹੈ ਫਿਰ ਹੁਣ ਐ ਤਾਂ ਨਹੀਂ ਐਡੇ ਕੱਠ ਚ ਡੇਬਣਾ ਕੰਮ ਇਹਨੂੰ ਨਹੀਂ ਆਉਂਦਾ ਹਜੇ ਇੰਨਾ ਉਹ ਤਾਂ ਦੇਖ ਲੈ ਭਾਈ ਜੇ ਤੂੰ ਇਦੋਂ ਵੀ ਹੋਰ ਵੀ ਘਟਾਉਣਾਗਾ ਮਾਂ ਤੇ ਪਿਓ ਦਾ ਮੈਂ ਪਹਿਲਾਂ ਜਾ ਕੇ ਇੱਕ ਦਿਨ ਗਲ ਘੋਟ ਆਉਂਗਾ ਪੱਲਾ ਮੁੰਡਾ ਓਹੋ ਤੇ ਤੋੜੇ ਭੱਜਨੇ ਨੇ ਤੁਸੀਂ ਹੋਰੀ ਗੱਲਾਂ ਚ ਪੈ ਗਏ ਉਹ ਦੇਖ ਇੱਕ ਤੇ ਜਾਵਾਂਗੇ ਮਾਂ ਵੀ ਹੋ ਪਿਓ ਵੀ ਪਰਿਵਾਰ ਨਹੀਂ ਹੁੰਦਾ ਆਪਣੀ ਕੁੜੀ ਕੰਮ ਵਾਲੀ ਹੈ ਤੇਰਾ ਕੰਮ ਹੀ ਉਹਨੂੰ ਇੰਨਾ ਸਿਖਾਇਆ ਵਾਗਾ ਉਹ ਕਹਾਂ ਜਾ ਕੇ ਮਾਰ ਨਹੀਂ ਖਾਂਦੀ 2-3 ਜਾਣੇ ਪਰਿਵਾਰ ਤੇ 4 ਜਾਣੇ ਕੋਈ ਵਾਲੇ ਨਹੀਂ ਹੁੰਦੇ ਉਹ ਤਾਂ ਐਂ ਜੇ 5-4 ਭਰਾ ਇਕੱਠੇ ਹੋਣ ਲਾਣਾ ਵਾਲਾ ਵੱਡਾ ਹੋਵੇ ਫੇਰ ਹੁੰਦਾਗਾ ਮੈਂ ਐਂ ਕਹਿੰਨੀ ਆ 3-4 ਨਾਨਤਾ ਨਾ ਹੋਣ ਕਿਤੇ ਓਹੋ ਉਹ ਇੰਨਾ ਤਾਂ ਮੈਨੂੰ ਪਤਾ ਹੀ ਆ ਮੈਨੂੰ ਦੱਸਣ ਦੀ ਕੀ ਲੋੜ ਆ ਗਈ ਹੁਣ ਮੈਂ ਇੰਨਾ ਤਾਂ ਤੂੰ ਮੈਨੂੰ ਵੀ ਚੰਡਤਾ ਜਿੰਮੇ ਕੁੜੀ ਨੂੰ ਚੰਡਿਆਗਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਥੋੜਾ ਥੋੜੇ ਨਾ ਤੂੰ ਮੈਨੂੰ ਬਥੇਰਾ ਕੁਝ ਸਿਖਾਤਾ ਸਿੱਖਿਆ ਹੀ ਆ ਮੈਂ ਕੋਈ ਗੱਲ ਮੈਂ ਤਾਂ ਹੀ ਕਹਿੰਦੀ ਆ ਜਿਹੋ ਜਿਹਾ ਧੀ ਪੁੱਤ ਹੋਵੇ ਆਪਾਂ ਨੂੰ ਉਹੋ ਜਿਹਾ ਥਾਂ ਦੇਖਣਾ ਚਾਹੀਦਾ ਹੈਗਾ ਗਾਂ ਨਾਨਕ ਸੱਤਾਂ ਭਰਦੀ ਹਾਰ ਹੋ ਜੂ ਕੁੜੀ ਇਹਦੀ ਉਮਰ ਵੀ ਕੀ ਆ ਉਹ ਚੱਲ ਕੋਈ ਗੱਲ ਨਹੀਂ ਜਿਵੇਂ ਤੂੰ ਕਹਿਤਾ ਨਾ ਉਹ ਜਿਹਾ ਦੇਖ ਲਾਂਗੇ ਫਿਰ ਮਾਂ ਤੋਂ ਕੋਲ ਜਾ ਹੀ ਆਉਣਾਗਾ ਜਾਈ ਕਾ ਵੀ ਮੁੰਡਾ ਸੋਹਣਾ ਹੋਵੇ ਕੋਈ ਸਰਕਾਰੀ ਨੌਕਰੀ ਵਾਲਾ ਹੋਵੇ ਤੇ ਬਾਣ ਬੂਣ ਵੀ ਹੋਵੇ ਵੀ ਵਧੀਆ ਚੱਲ 10-15 ਕਿੱਲੇ ਤਾਂ ਹੋਣ ਵਾਲੇ ਨੇ ਤਾਂ ਮੈਂ ਤੈਨੂੰ ਐਂ ਕਹਿਣਾ ਆਪਾਂ ਨੂੰ ਕੋਈ ਸਰਕਾਰੀ ਨੌਕਰੀ ਜ਼ਰੂਰੀ ਨਹੀਂ ਜੇ ਜ਼ਮੀਨ ਜਾਇਦਾਦ ਹੋਵੇ ਚੰਗੀ ਘਰੇ ਫਿਰ ਵੀ ਚੱਲ ਜੂ ਰਿਸ਼ਤਾ ਆਪਣਾ ਮੈਂ ਕਹਿੰਦੀ ਸਰਕਾਰੀ ਨੌਕਰੀ ਵਰਗੀ ਤਾਂ ਰੀਸ ਨਹੀਂ ਹੈਗੀ ਕੁੜੀ ਪੜ੍ਹੀ ਲਿਖੀ ਹੈਗੀ ਕੁਝ ਧੱਕਾ ਨਹੀਂ ਦੇਣਾਗਾ ਚੱਲ ਕੋਈ ਗੱਲ ਨਹੀਂ ਦੇਖ ਲਓ ਭਾਈ ਜੇ ਉਹਨੂੰ ਕਹਿ ਦਾਂਗੇ ਸਰਕਾਰੀ ਨੌਕਰੀ ਵਾਲੇ ਤਾਂ ਉਹ ਕਰਾਦੀ ਚਾਹੇ ਜ਼ਮੀਨ ਜਾਇਦਾਦ ਚੰਗੀ ਹੋਵੇ ਬਸ ਦੋਨਾਂ ਚੋਂ ਵੀ ਵਧੀਆ ਹੋਵੇ ਕਾਰੋਬਾਰ ਵਧੀਆ ਹੋਵੇ ਅਗਲੇ ਦਾ ਆਹੀ ਹੁੰਦਾ ਵੀ ਲੈਣਾ ਦੇਣਾ ਨਾ ਕੁਝ ਦੇਣਾ ਜੇ ਅਗਲੇ ਨੇ ਲੈਣ ਜ਼ਮੀਨ ਨੂੰ ਕੀ ਕਰੇਗੇ ਜ਼ਮੀਨ ਤਾਂ ਅਗਲੇ ਕੋਲ 20 ਕਿੱਲੇ ਆ ਤੇ ਦੇਣਾ ਅਗਲੇ ਨੇ ਕਰੋੜਾਂ ਰੁਪਏ ਉਹਦਾ ਕੀ ਫਾਇਦਾ ਜ਼ਮੀਨ ਭਾਵੇਂ 4 ਕਿੱਲੇ ਹੋਵੇ 3 ਹੋਵੇ ਬੰਦੇ ਨੇ ਰੁਪਈਆ ਨਾ ਦੇਣਾ ਹੋਵੇ ਕਿਸੇ ਦਾ ਸੌਖਾ ਹੋ ਜਾਏ ਘਰੇ ਵੱਡੀ ਗੱਲ ਇਹ ਹੁੰਦੀ ਹੈ ਇਹ ਵੀ ਤੇਰੀ ਗੱਲ ਠੀਕ ਹੈ ਵੀ ਮੁੰਡਾ ਬੰਦਾ ਠੰਡਾ ਵੀ ਹੋਵੇ ਤੀ ਪੁੱਤਨਾ ਸੋਹਣਾ ਲੱਗੇ ਜਾਂਦਾ ਆਉਂਦਾ ਚਲ ਉਹ ਤਾਂ ਤੇਰੀ ਗੱਲ ਠੀਕ ਆ ਚਲ ਫੇਰ ਠੀਕ ਚੱਲ ਫਿਰ ਮੈਂ ਉਹਦੇ ਕੋਲ ਜਾਈ ਆਉਣੇ ਲੈ ਜਾਂ ਵੀ ਕੰਮ ਕਹਿਤਾ ਇਹ ਵੀ ਆਪਾਂ ਕਰ ਹੀ ਦੇਵਾਂਗੇ ਨਾਲੇ ਉਧਰੋਂ ਕੋਠੀ ਭੇਜੋ ਆਪਣੇ ਦੇਖਦੇ ਦੇ ਆਪਣਾ ਮਕਾਨ ਤਾਂ ਹੋ ਹੀ ਜਾਊਗਾ ਤਿਆਰ ਹੁਣ ਜਦ ਮਿਸਤਰੀ ਲੱਗ ਰਿਹਾਗਾ ਤੁਸੀਂ ਬਾਹਲੀ ਕਾਲ ਕਰਦੇ ਹੋ
ਚਲ ਫਿਰ ਠੀਕ ਆ, ਫਿਰ ਮੈਂ ਉਹਦੇ ਕੋਲ ਜਾਈ ਆਉਣਾ ਵਿਚੋਲੇ ਕੋਲ, ਪਹਿਲਾਂ ਆਹੀ ਕੰਮ ਕਰ ਦਾਂਗਾ। ਤੇ ਉਹਨਾਂ ਨੇ ਸੀਮੈਂਟ ਮੰਗਾਇਆ, ਫਿਰ ਉਦੋਂ ਬਾਅਦ ਉਹਨਾਂ ਮੈਂ ਸੀਮੈਂਟ ਲਿਆ ਦੂੰਗਾ। ਪਹਿਲਾਂ ਸੀਮੈਂਟ ਦਾ ਕੰਮ ਮੁਕਾ ਦੋ, ਮਕਾਨ ਤਿਆਰ ਹੋ ਜਾਊਗਾ, ਉਦੋਂ ਬਾਅਦ ਨੰਗਦੇ ਟੱਪ ਦੇ ਜਾ ਆਇਓ, ਕਿਹੜਾ ਆਪਾਂ ਨੂੰ ਇੰਨੀ ਹਜੇ ਕਾਹਲ ਹੈਗੀ। ਚੱਲ ਫਿਰ ਮੈਂ ਪਹਿਲਾਂ ਸੀਮੈਂਟ ਲਿਆ ਦਿਓ ਉਹਨਾਂ ਨੂੰ ਉੱਥੇ, ਭਾਈ ਉਹਨਾਂ ਆਟੋ ਤੋਂ ਫੜ ਲੂੰਗਾ ਜੀ। ਠੀਕ, ਸੀਮੈਂਟ ਲਿਆ ਕੇ ਦੇ ਦਿਓ। ਠੀਕ ਹੈ, ਫਿਰ ਮੈਂ ਜਾ ਹੀ ਆਉਂਗਾ, ਮੇਰਾ ਕੰਮ ਹੋ ਜੂ ਉਹਦੇ ਨਾਲ ਦੀ ਫਿਰ। ਕੋਈ ਨਾ, ਟਕਿਆਈ ਨਾਲ ਕਰਾਂਗੇ, ਤੁਸੀਂ ਬਾਹਲੀ ਕਾਲ ਕਰਦੇ, ਸਮਝਦੇ ਤਾਂ ਹੈ ਨੀ ਕੋਈ ਕੰਮ ਨੂੰ, ਵੀ ਕੋਈ ਸਮਝ ਲਈਏ। ਪਤਾ ਨੀ ਕਿੱਧਰ ਸਾਰਾ ਦਿਨ ਬਿਜ਼ੀ ਰਹਿੰਦੇ ਨੇ, ਘਰ ਤੇ ਵੀ ਨੀ ਧਿਆਨ ਦੇ ਰਹੇ। ਉਹ ਬੇਬੇ, ਉਹ ਬੜਾ ਟਾਈਮ ਲਾਤਾ, ਮੈਂ ਲਿਆ ਰੋਟੀ, ਹੁਣ ਮੈਂ ਜਾਵਾਂ ਖੇਤ, ਰੋਟੀ ਤਾਂ ਮੈਂ ਲਿਆ ਦੂੰਗੀ, ਤੇ ਮੇਰੀ ਗੱਲ ਸੁਣ ਲਾ ਤੂੰ। ਹਾਂ, ਹੁਣ ਤੂੰ ਗੱਭਰੂ ਹੋ ਗਿਆ ਪੁੱਤ, ਤੇ ਵਿਆਹ ਕਰਾ ਲੈ। ਲੈ ਬੇਬੇ, ਵਿਆਹ ਕਰਾ ਲੈ। ਅਜੇ ਕੀ ਮੇਰੀ ਉਮਰ ਹੈ ਵਿਆਹ ਕਰਾਉਣ ਦੀ? ਅਸੀਂ ਮਾੜੇ ਮੋਟੇ ਜ਼ਮੀਨ ਜੂਣ ਹੋਰ ਬਣਾ ਲਈਏ, ਫਿਰ ਕਰਾ ਲਾਂਗੇ। ਉਹ ਤਾਂ ਬਣਾਈ ਗਈ ਸਾਰੀ ਉਮਰ ਹੀ ਕਰਨਾ ਕੰਮ ਜ਼ਮੀਨ ਦਾ, ਤਾਂ ਤੇ ਮੇਰੇ ਬੰਨੀ ਵੀ ਦੇਖ ਲਾ, ਦੇਖੋ ਮੈਥੋਂ ਕੰਮ ਨਹੀਂ ਹੁੰਦਾ। ਉਹ ਮਾਂ ਜ਼ਮੀਨ ਵੱਧ ਹੋਊਗੀ, ਵਧੀਆ ਰਿਸ਼ਤਾ ਮਿਲ ਜੂਗਾ, ਜ਼ਮੀਨ ਘੱਟ ਰਿਸ਼ਤਾ ਇਹੋ ਜਿਹਾ ਮਾੜਾ ਮਿਲੂ ਆਪਾਂ ਨੂੰ। ਐ ਕਿਵੇਂ ਮਿਲੂਗਾ, ਐਡਾ ਸੋਨੇ ਵਰਗਾ ਮੇਰਾ ਪੁੱਤ ਹੈ, ਵਧੀਆ ਰਿਸ਼ਤਾ ਹੋਊਗਾ ਤੈਨੂੰ ਤਾਂ। ਉਹ ਫਿਰ ਸੋਨੇ ਵਰਗਾ ਵੇਚ ਕੇ ਤੂੰ ਪੈਸੇ ਵੱਟ ਲਾ, ਹੋਰ ਕੀ ਹੈ। ਆਏ ਮੇਰੇ ਅੱਬਾ, ਹੋਰ ਹੀ ਕਦੇ ਲੈ ਜਾਂਦਾ ਗੱਲ ਨੂੰ, ਹਰੇਕ ਗੱਲ ਨੂੰ ਐ ਨਹੀਂ ਹੈਗਾ ਵੀ ਸੋਚ ਕੇ ਤੇਰੀ ਮਾਂ ਕਹਿੰਦੀ ਕੀ ਹੈ। ਉਹ ਕੋਈ ਨੀ, ਕਰਾ ਲਾਂਗੇ ਰਿਸ਼ਤੇ ਨੂੰ, ਕੀ ਹੈ ਪਿੱਛੇ ਪਈ ਰਹਿੰਦੇ ਵਿਆਹ 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 ਕੀ ਕਹਿ, ਰਿਸ਼ਤੇ ਆ ਗਏ ਆ ਤੇਰੇ ਮੂੰਹ ਨੂੰ ਦੇਖ ਕੇ ਕਹਿ ਦਿੰਦੇ ਵੀ ਉਹ ਹਜੇ ਮੰਨਦਾ ਨੀ ਹੈਗਾ ਭਾਈ, ਕੀ ਕਰ ਮੰਨ। ਗੱਲ ਸਲਾਹ, ਵਿਆਹ ਮੈਂ ਕਰਾ ਲਊਂ, ਵਿਆਹ ਦੀ ਕੋਈ ਗੱਲ ਨੀ, ਪਰ ਮੇਰੇ ਤਿੰਨ ਸ਼ਰਤਾਂ ਹੋਣਗੀਆਂ, ਤਿੰਨ ਸਵਾਲ ਹੋਣਗੇ ਬਸ, ਉਹ ਜਵਾਬ ਦੇ ਤਾਂ ਰਿਸ਼ਤਾ ਪੁੱਤ ਕਰ ਲਾਂਗੇ। ਮੇਰੀ ਗੱਲ ਸੁਣ ਪੁੱਤ, ਆ ਤੇਰੇ ਤਿੰਨ ਸਵਾਲਾਂ ਨੇ ਨਾ 20 ਰਿਸ਼ਤੇ ਮੋੜਤੇ, ਤੂੰ ਮੰਨਦਾ ਕਿਉਂ ਨੀ ਹੈਗਾ ਮੇਰੀ ਗੱਲ, ਹਾੜੇ ਪੁੱਤ ਬਣ ਕੇ ਹਾਂ ਕਰਦੇ। ਮੇਰੀ ਗੱਲ ਸੁਣ, ਮੈਨੂੰ ਵੀ ਚਾਹ, ਮੈਂ ਵੀ ਆਪਦੀ ਨੂੰਹ ਉੱਤੋਂ ਦੀ ਪਾਣੀ ਵਾਰ ਕੇ ਪੀ ਲਾ। ਉਹ ਬੇਬੇ, ਰਹਿੰਦੇ ਐਡੇ ਦੇ ਦੰਦ ਗਰਬੀ ਚ ਵੀ ਕਰਦੇ ਕਿ ਤੂੰ ਪੂਰੀ ਮਰੀ ਜਾਂਦੇ। ਐ ਨਹੀਂ ਕਰ ਦੂੰਗੀ, ਮਰ ਜਾਂਦਾ ਪਕਾਈ, ਹੋਰ ਨਾ ਫਕਾਈ। ਮੈਂ ਮਜ਼ਾਕ ਕਰਦਾ, ਕੋਈ ਗੱਲ ਨਹੀਂ ਬੇਬੇ, ਮੈਂ ਆਹੀ ਤੇ ਗੱਲਾਂ ਹੁੰਦੀਆਂ ਖਾਨਦਾਨੀ ਤੇ ਉਹਦੀ ਚ, ਤੂੰ ਗੱਲ ਸੁਣ ਲੈ, ਮੇਰੇ ਤਿੰਨਾਂ ਸਵਾਲਾਂ ਜਵਾਬ ਦੇਤਾ, ਉੱਥੇ ਵਿਆਹ ਕਰਾ ਲੂੰਗਾ, ਭਾਵੇਂ ਲੰਗੜੀ ਹੋਵੇ ਲੁੱਲੀ ਹੋਵੇ ਕੁਛ ਮਰਜ਼ੀ ਹੋ। ਕਿਹੜੇ ਤਿੰਨ ਸਵਾਲ ਤੇ, ਆਹੀ ਗੱਲਾਂ ਨੇ ਤਾਂ ਆਹ ਦਿਨ ਲਿਆ ਤੇ ਮੈਨੂੰ ਤਰਸਦੀ ਹੈ। ਮੈਂ ਤੁਹਾਨੂੰ, ਮੈਂ ਬਾਪੂ ਮੈਨੂੰ ਦੱਸ ਕੇ ਗਿਆ ਸੀ ਬਸ, ਬਾਪੂ ਤੇ ਮੈਂ ਪੱਥਰ ਤਿਲਕੀ ਰਾ ਬਾਪੂ ਵਾਲੀ ਗੱਲ ਤੇ, ਮੈਂ ਤੂੰ ਵੀ ਤੂੰ ਉਹੀ ਕਰਦੀ ਹੁੰਦੀ ਹੈ ਬਸ। ਮੇਰੀ ਗੱਲ ਇਹ, ਰੋਟੀ ਲਿਆ ਤੇ ਖਾਈਏ ਤੇ ਜਾਈਏ, ਤੇ ਖੇਤ ਜ਼ਮੀਨ ਵਧਾਈਏ ਫਿਰ। ਹਾਂ, ਕਿਉਂ ਤਾਂ ਜ਼ਮੀਨ ਵਧਾਈਏ, ਤੇ ਮੇਰੀ ਗੱਲ ਨਹੀਂ ਮੰਨਦਾ ਹੈ? ਉਹ ਮੰਨ ਲਈ ਤੇਰੀ ਗੱਲ ਮੈਂ, ਹੁਣ ਬੱਚੂ ਕੋਈ ਟੈਨਸ਼ਨ ਨਾ ਲੈ ਕਰ, ਤੂੰ ਤੇ ਰੋਟੀ ਲਿਆ, ਦਿਮਾਗ ਲਿਆ ਛੱਡੇ। ਉਹ ਲਿਆ ਬੇਬੇ, ਕਿਉਂ ਟੈਨਸ਼ਨ ਲਈ ਜਾਂਦੀ ਆ, ਤੈਨੂੰ ਕੀ ਪਤਾ ਬੇਬੇ, ਸਾਰੀ ਜ਼ਿੰਦਗੀ ਕੱਢਣੀ ਆ ਮੈਂ। ਪਾਣੀ ਕਰੀ ਆ? ਹਾਂ ਹਾਂ, ਅੱਜ ਪੂਜਾ ਕਰੀ ਹੈਗੀ। ਹੋਰ ਸੁਣਾ ਕਿਵੇਂ ਆ? ਵਧੀਆ, ਦੱਸ ਕਿਵੇਂ ਆ? ਵਧੀਆ ਠੀਕ ਠਾਕ। ਹੋਰ ਆਪਣੀ ਰੀਤ ਕਿੱਧਰ ਗਈ? ਆ ਗਈ, ਬਸ ਪੜ੍ਹਾਈ ਪੂਰੀ ਹੋ ਗਈ ਸੀ, ਪਈ ਸੀਗੀ। ਹੋ ਗਈ ਪੜ੍ਹਾਈ ਪੂਰੀ? ਹਾਂ ਹਾਂ, ਹੋ ਗਈ ਪੜ੍ਹਾਈ ਤਾਂ ਪੂਰੀ। ਲੈ ਫਿਰ ਤੈਨੂੰ ਰਿਸ਼ਤਾ ਕਰਾਵਾਂ ਤੇਰੀ ਕੁੜੀ ਦਾ ਹੁਣ? ਨਹੀਂ, ਮੈਂ ਤਾਂ ਤੈਨੂੰ ਹਜੇ ਕਹਿੰਦੀ ਸੀ, ਤੂੰ ਤਾਂ ਮੇਰੇ ਦਿਲ ਦੀ ਗੱਲ ਬੁੱਝ ਗਈ ਭੈਣੇ। ਬਹੁਤ ਵਧੀਆ ਘਰ ਆ, ਮੇਰੇ ਮਾਮੇ ਦੇ ਘਰੇ ਮੁੰਡਾ ਹੈ, ਮਾਮੇ ਦਾ ਮੁੰਡਾ ਤੁਹਾਡੇ ਦਾ, ਬਹੁਤ ਵਧੀਆ ਰਿਸ਼ਤਾ ਪੰਜਾਬੀ। ਸੱਚ ਮੈਨੂੰ ਐਂ ਦੱਸ ਭੈਣੇ, ਜਾਇਜਾਦ ਦੱਸ, ਮੈਂ ਮੁੰਡੇ ਬਾਰੇ ਦੱਸ। ਜਾਇਦਾਦ ਬਹੁਤ ਹੈ, ਵਧੀਆ ਕੰਮ ਕਾਰ ਹੈ, ਆਪਦੀ ਜ਼ਮੀਨ ਹੈ। ਲੈਣੀ ਆ ਤਾਂ ਮੈਂ ਫੇਰ ਹੀ ਬਣੂਗੀ, ਕੁੜੀ ਦੇ ਲਾਈ ਸੀ ਮਾਂ ਠੰਡਾ ਆ ਗਈ। ਹਾਂ, ਤੇ ਮੈਂ ਚੱਲ ਹੁਣ ਪਾਲਿਆ ਕਰੂਗੀ। ਹੂੰ, ਤੇ ਚੱਲਣ ਤਾਂ ਫੇਰ ਬਣਾਉਂਗੀ। ਹਾਂ, ਤੂੰ ਮੈਨੂੰ ਦੱਸ, ਚਾਹ ਲਿਆ ਮੈਂ ਬਣਾ ਕੇ? ਨਾ, ਬਸ ਚਾਹ ਪਾਣੀ ਪੀ ਕੇ ਆਈ। ਸੁਣੋ, ਅੱਛਾ ਤੇ ਫੇਰ ਮੁੰਡਾ ਕੀ ਕੰਮ ਕਰਦਾ ਹੈਗਾ? ਕੰਮ ਤਾਂ ਖੇਤੀਬਾੜੀ ਕਰਦੇ ਪਏ ਨੇ, 8 ਕਿੱਲੇ ਜ਼ਮੀਨ ਦੇ ਆ, ਨਾਲੇ ਕੋਈ ਨਸ਼ਾ ਪੱਤਾ ਨਹੀਂ ਕਰਦੇ, ਨਿੱਕਾ ਜਿਹਾ ਪਰਿਵਾਰ ਦਾ ਨੇ, ਮਾਂ ਪੁੱਤ ਹੈਗੇ ਆ। ਖੇਤੀਬਾੜੀ ਕਰਦਾ ਹੈ? ਹਾਂ, ਸਾਰੇ ਸੰਦਾ ਕਰੇ, ਕੋਠੀ ਵਾਲੇ ਘਰ ਆ, ਤੂੰ ਘਰ ਦੇਖ ਜਾਗੇ। ਕਰਤਾੜੀਏ, ਚੱਲ ਠੀਕ ਹੈ, 8 ਕਿੱਲੇ ਬਾਣ ਵੀ ਥੋੜਾ ਹੈ ਫਿਰ। ਅਰ ਸਾਰੇ ਸੰਦ ਵੀ ਆ, ਮਾਂ ਪੁੱਤ ਆ, ਨਾਲੇ ਇਕੱਲਾ ਘਰ ਆ ਮੁੰਡਾ, ਨਸ਼ਾ ਨੀ ਪੱਤਾ ਨੀ। ਚੱਲ ਟੱਬਰ ਤਾਂ ਠੀਕ ਸੀ, ਚੱਲ ਛੋਟਾ ਜਿਹਾ ਸੀ, ਅਸੀਂ ਤਾਂ ਦੇਖਦੇ ਸੀਗੇ ਭੈਣੇ,
ਵੀ ਮੁੰਡਾ ਨਾ ਕੋਈ ਸਰਕਾਰੀ ਨੌਕਰੀ ਤੇ ਹੋਵੇ, ਹੁਣ ਕੁੜੀ ਨੂੰ ਇੰਨਾ ਪੜ੍ਹਾਈ ਲਿਖਾਈ ਵੀ ਕਰਾਈ ਹੈ, ਸਰਕਾਰੀ ਨੌਕਰੀ ਥੋੜੀ ਹੈ ਭੈਣੇ, ਏਡਾ ਵੱਡਾ ਸੰਦ ਘਰ ਸਾਰੇ ਕੋਲ, ਏਡਾ ਵੱਡਾ ਘਰ ਕੋਠੀ ਵਰਗਾ ਨਿੱਕਾ ਪਰਿਵਾਰ ਹੈਗਾ ਤਾਂ ਹੈਗਾ, ਫਿਰ ਐ ਵੀ ਮੁਲਾਜ਼ਮਾਂ ਵਰਗੀ ਰੀਸ ਤਾਂ ਨੀ, ਡਿਊਟੀ ਤੇ ਜਾਂਦਾ ਹੋਵੇ ਬੰਦਾ, ਚੱਲ ਕੱਲ ਨੂੰ ਕੁੜੀ ਵੀ ਲੱਗ ਜੂਗੀ, ਕੁੜੀ ਪੜ੍ਹਾ ਲਿਖਾ ਲੈਣਗੇ ਅੱਗੇ, ਕਰ ਲਾਂ ਗੱਲ ਆਪਾਂ, ਹੁਣ ਸੁਖਨਾ ਬਣੇ ਪੜ੍ਹਾਈ ਵਧੀਆ ਕਰ ਗਈ, ਕੋਰਸ ਵੀ ਸਾਰੇ ਕਰ ਲਏ ਉਹਨੇ, ਹੁਣ ਫਿਰ ਮੈਂ ਚੱਲ ਸੋਚੂਗੀ ਤੇਰੇ ਬਾਈ ਨਾਲ ਗੱਲ ਕਰੂੰਗੀ, ਤੂੰ ਫੈਸਲਾ ਕਰ ਫਿਰ ਦੱਸ ਮੈਨੂੰ, ਕੁੜੀ ਆਪਾਂ ਅੱਗੇ ਪੜਾਵਾਂ ਲਿਖਾਵਾਂਗੇ, ਵਧੀਆ ਨੌਕਰੀ ਤੇ ਕਰਾਵਾਂਗੇ, ਸਾਰੀ ਗੱਲ ਉਹਦੇ ਕਰਾਂਗੇ, ਕਿਤੇ ਨਾ ਹੋਵੇ ਕਿਤੇ ਅੱਜ ਕੁਛ ਤੇ ਕੱਲ ਕੁਛ ਹੋਰ ਨਿਕਲੇ ਹੋਣਗੇ, ਬੰਦੇ ਹੈ ਨੀ ਬਹੁਤ ਵਧੀਆ ਬੰਦੇ ਆ, ਬਰਤਨ ਵਾਲੇ ਭੈਣੇ, ਬਰਤਨ ਵਾਲੇ ਤਾਂ ਹੁੰਦੇ ਨੇ, ਪਹਿਲਾਂ ਤਾਂ ਸਾਰੇ ਕਹਿੰਦੇ ਹੁੰਦੇ ਨੇ ਬਰਤਨ ਵਾਲੇ ਨੇ, ਇਹ ਤਾਂ ਭੈਣੇ ਉਦੋਂ ਜਾਂ ਰਾਹ ਪਏ ਤੇ ਪਤਾ ਤੇ, ਜਾਂ ਬਾਹ ਪਏ ਤੇ ਪਤਾ ਲੱਗਦਾ, ਗੱਲ ਸਹੀ ਹੈ ਭੈਣੇ, ਪਰ ਮੈਨੂੰ ਪਤਾ ਮੇਰੇ ਮਾਮੇ ਤੇ ਮੈਨੂੰ ਯਕੀਨ ਹੈਗਾ, ਮਾਮੀ ਮੰਮੀ ਤੇ ਵਧੀਆ, ਤੇ ਮੁੰਡਾ ਨਸ਼ੇ ਪੱਤੇ ਤਾਂ ਨਹੀਂ ਕਰਦਾ, ਨਹੀਂ ਕਰਦਾ, ਮੇਰਾ ਆਪਦਾ ਭਰਾ ਲੈ, ਮਾੜਾ ਰਿਸ਼ਤਾ ਕਰਾਉਂਗੀ ਆਪਣੀ ਕੁੜੀ ਨੂੰ ਮੈਂ, ਅਸਤਾਂ ਹੀ ਦੇਖਦੇ ਆ ਭੈਣੇ, ਸਾਡੀ ਕੁੜੀ ਇੰਨੀ ਸਿਆਰ ਨੀ, ਭੋਲੀ ਭਾਲੀ ਜੀ ਕੁੜੀ ਹੈਗੀ, ਤੂੰ ਨਾ ਟੈਨਸ਼ਨ ਲੈ ਭੈਣੇ, ਤੁਸੀਂ ਮੈਨੂੰ ਹਾਂ ਕਰ, ਫਿਰ ਤੈਨੂੰ ਮੈਂ ਦਿਖਾਉਣੀ ਹੈ ਘਰੇ ਹਰ ਵਾਰ, ਚੱਲ ਫਿਰ ਤੇਰੇ ਵੀਰੇ ਨੂੰ ਆਉਣ ਦੇ ਤੇ ਮੈਂ ਗੱਲ ਕਰਦੀ ਆ ਉਹਦੇ ਨਾਲ, ਤਾਂ ਫਿਰ ਕਰ ਦਾਂਗੇ ਤਾਂ ਕਰੇ ਤੂੰ ਬਣੂਗਾ, ਹਾਂ ਤਾਂ ਗੱਲਬਾਤ ਕਰੇ ਤਾਂ ਪਤਾ ਲੱਗਦਾ, ਮੈਂ ਜਾਣੀ ਫਿਰ, ਠੀਕ ਹੈ ਤੂੰ ਦੱਸੀ ਮੈਨੂੰ ਫੋਨ ਲੱਗ ਸ਼ਾਮ ਤੇ, ਮੈਂ ਸ਼ਾਮ ਨੂੰ ਕੀ ਉਧਰ ਗੇੜਾ ਵੱਜੂਗਾ ਤੇ ਮੈਂ ਘਰੇ ਕਹਿ ਜੂੰਗੀ ਫਿਰ ਤੈਨੂੰ, ਤੂੰ ਆ ਜੀ ਮੁੜ ਕਰੀ ਹੋਰ, ਹਾਂ ਫਿਰ ਘਰੇ ਆ ਜੂੰਗੀ ਮੈਂ, ਚੱਲ ਠੀਕ ਹੈ ਮੈਂ ਵੀ ਕੰਮ ਹੁੰਦਾ ਕਰਨਾ, ਠੀਕ ਹੈ ਫਿਰ, ਲੈ ਆ ਤਾਂ ਬਾਲਾ ਵਧੀਆ ਹੈ ਪਰ ਜ਼ਮੀਨ ਥੋੜੀ ਆ, ਚੱਲ ਮੈਂ ਇਹਦੇ ਬਾਈ ਨਾਲ ਗੱਲ ਕਰਕੇ ਦੇਖਦੀ ਅੱਜ, ਕਰਨਾ ਹੀ ਕਰਨਾ ਰਿਸ਼ਤਾ ਅੱਜ ਨਾ ਸਵੇਰੇ, ਕਿਹੜਾ ਡਿਊਟੀ ਵਾਲੇ ਧਰੇ ਪਏ ਨੇ ਕਿਤੇ, ਆਪਾਂ ਮਿਸਤਰੀ ਜਾ ਘਰੇ ਵੜ ਜਾਂਦਾ ਨਾ ਮਸਾਂ ਹੀ ਨਿਕਲਦੇ ਨੇ, ਬਹੁਤ ਔਖੇ ਕੱਢਣੇ ਨੇ ਮਿਸਤਰੀ, ਕੰਮ ਵੀ ਵਾਹ ਵੱਡਾ ਸੀ, ਕੋਠੀ ਵੀ ਕਿੱਡੀ ਪਾਈ ਸੁਖਨ ਵਾਲਾ, ਸੁਖਨ 2 ਸਾਲ ਹੋ ਗਏ ਲੱਗਿਆ ਨੂੰ, ਉਹ ਤਾਂ ਚੱਲ ਕੋਈ ਗੱਲ, ਤੈਨੂੰ ਪਤੀ ਥਾਂ ਵਾਲਾ ਸੀ ਨਾ, ਇੱਕ 3 ਮੰਜ਼ਲਾ ਹੋ ਗਿਆ, ਫਰਕ ਪੈ ਗਿਆ, ਕਿਹਾ ਤਾਂ ਹੈਗਾ ਸੀ ਭਈ ਆਪਾਂ ਥੋੜਾ ਫਰੁੰਨ ਲਈ ਹਜੇ ਉੱਤੇ ਨਾ ਪਾਈਏ, ਚੱਲ ਕੋਈ ਨਹੀਂ ਬਣਦੀ ਚੀਜ਼ ਬਣ ਗਈ, ਕੁਛ ਨਹੀਂ ਹੁੰਦਾ, ਤੇ ਨਾ ਸੱਚ ਮੈਂ ਤਾਂ ਕਿਹੜੀਆਂ ਗੱਲਾਂ ਲੈ ਕੇ ਬੈਠ ਗਈ, ਪੂਜਾ ਆਈ ਸੀਗੀ, ਅੱਛਾ ਹਾਂ ਆਪਣੀ ਪੂਜਾ, ਹਾਂ ਪੂਜਾ ਆਈ ਸੀ ਜੀ, ਉਹ ਕਹਿੰਦੀ ਸੀ ਰਿਸ਼ਤੇ ਬਾਰੇ ਰੀਤ ਦੇ, ਰੀਤ ਦੇ ਮੈਂ ਕੀ ਕੁਝ ਦੱਸਿਆਗਾ, ਕਹਿੰਦੀ ਮੇਰੇ ਮਾਮੇ ਦਾ ਮੁੰਡਾ ਹੈਗਾ, ਅੱਛਾ 8 ਕਿੱਲੇ ਬਾਣ ਆਉਂਦਾ ਘਰੇ, ਸਾਰੇ ਸੰਦ ਨੇ ਟਰਾਲੀਆਂ ਟਰੈਕਟਰ ਸਾਰੇ, ਇਕੱਲਾ ਹੀ ਮੁੰਡਾ ਹੈਗਾ, ਚਲ ਦੇਖ ਆਵਾਂਗੇ, ਹੁਣ 8 ਕਿੱਲੇ ਦਾ ਬਹੁਤ ਆ ਗਏ, ਮੈਂ ਤਾਂ ਕਹਿੰਦੀ ਸੀ ਜੇ ਨੌਕਰੀ ਵਾਲਾ ਮਿਲ ਜਾਦਾ ਇਦੂ ਵੀ ਵਧੀਆ ਸੀ, ਓਹੋ ਇਹ ਵੀ ਨੌਕਰੀ ਵਾਲੇ ਆ, 8 ਕਿੱਲੇ ਆ, 70,000 ਨੂੰ ਵਾਹਣ ਲਾਦਾ, 5,60,000 ਬਣ ਗਿਆ 8 ਕਿੱਲਿਆਂ ਦਾ, ਉਹ ਤਾਂ ਬਣਦਾ ਤਾਂ ਹੈਗਾ, ਅਗਲਾ ਦੇਖਣ ਵਾਲਾ ਕਹਿ ਦੂ ਕੁੜੀ ਨੂੰ ਪੜ੍ਹਾ ਲਿਖਿਆ ਕਿ ਇੱਕ ਖੇਤੀ ਦੇ ਬਸ ਪਾਤੀ, ਓਹੋ ਬਸ ਨਹੀਂ ਹੁੰਦੀ, ਕਈ ਵਾਰੀ ਮੁਲਾਜ਼ਮੇ ਵੀ ਹੁਣ ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ, ਮੈਂ ਇਹ ਕਹਿੰਦਾ ਬੰਦਾ ਪਰਿਵਾਰ ਚੰਗਾ ਹੋਵੇ, ਤਾਂ ਆਪਾਂ ਦੇਖ ਆਵਾਂਗੇ, ਜੇ ਆਪਣੇ ਫਿੱਟ ਬੈਠਾ ਤਾਂ ਕਰ ਦਿਆਂਗੇ, ਆਪਾਂ ਕਿਹੜਾ ਬਈ ਆਪਣੇ ਕੋਈ ਧੱਕੇ ਨੇ ਤਾਂ ਲੈ ਜਾਂਦਾ ਨਹੀਂ, ਦੇਖਣ ਦਾ ਤਾਂ ਕੋਈ ਡਰ ਨਹੀਂ ਹੁੰਦਾ, ਦੇਖ ਤਾਂ ਲਵਾਂਗੇ, ਵੈਸੇ ਜਿਵੇਂ ਪੂਜਾ ਦਾ ਸੁਭਾਅ ਆਦੇ ਮਾਮੇ ਦਾ ਮੁੰਡਾ ਦੱਸਦੀ ਆ, ਬਸ ਐਂ ਜੇ ਹੋਣਾ ਮੈਨੂੰ ਲੱਗਦਾ ਸੁਭਾਅ ਉਹਨਾਂ ਦਾ ਵੀ, ਚਲੋ ਤਾਂ ਦੇਖੇ ਪਤਾ ਲੱਗ ਜੂ, ਬਾਕੀ ਪਹਿਲਾਂ ਆਪਾਂ ਦੇਖ ਲਾਂਗੇ, ਫਿਰ ਪਿੰਡ 'ਚ ਪੁੱਛ ਦੱਸ ਕਰ ਲਾਂਗੇ, ਹਾਂ ਇਹ ਤਾਂ ਮੈਂ ਕਹਿੰਦੀ ਸੀ ਵੀ ਪਿੰਡ 'ਚ ਵਾਣਾ ਪੁੱਛ ਦੱਸ ਕੇ ਕਰਿਓ, ਚਾਹੇ ਫਿਰ ਵੀ ਕਿੰਨਾ ਵੀ ਆਪਦਾ ਹੈਗਾ, ਫਿਰ ਵੀ ਉਹੀ ਗੱਲ ਆ ਕਿ ਧੀ ਦੇਣੀ ਹੈਗੀ, ਤਾਂ ਫਿਰ ਮੈਂ ਕੱਲ੍ਹ ਨੂੰ ਜਾਈ ਆਉਣਾਗਾ, ਮੈਂ ਤਾਂ ਕਹਿੰਦੀ ਹਾਂ ਤੁਸੀਂ ਕੱਲ੍ਹ ਨੂੰ ਸ਼ਾਮ ਤੱਕ ਦੇਖ ਲਓ, ਪਹਿਲਾਂ ਪੂਜਾ ਨੂੰ ਪੁੱਛ ਲੈਣੀ ਆ ਮੈਂ, ਅੱਜ ਪੁੱਛ ਲਾ ਮੈਂ, ਅੱਜ ਮੈਂ ਪੂਜਾ ਕੋਲ ਜਾ ਹੀ ਆਉਣੀ ਆ, ਪੂਜਾ ਕੋਲ ਜਾਇਆ ਤੇ ਤੜਕੇ ਆਪਾਂ ਮਾਰਾ ਪੂਜਾ ਕੱਲ ਨੂੰ ਨਾਲ ਚੱਲ ਵੜੂਗੀ ਆਪਣੇ, ਜਾ ਕੇ ਦੇਖ ਆਵਾਂਗੇ ਫਿਰ, ਠੀਕ ਹੈ, ਪਹਿਲਾਂ ਤਾਂ ਦੋਏ ਜਣੇ ਚੱਲਾਂਗੇ, ਫੇਰ ਹੀ ਪੁੱਛਾਂਗੇ ਕਿਸੇ ਮਾਮੇ ਨਾਨੇ ਨੂੰ, ਤਾਂ ਚਲਾਂਗੇ ਕੱਲ ਦਾ, ਤੂੰ ਚੱਲ ਵੜੀ ਫਿਰ, ਤੇ ਤਿੰਨੇ ਹੀ ਚੱਲ ਵੜਾਂਗੇ ਆਪਾਂ, ਹਾਂ ਦੋ ਤਿੰਨੇ ਜਾ ਕੇ ਦੇਖ ਆਵਾਂਗੇ, ਮਾਮੇ ਨਾਨੇ ਨੂੰ ਬਾਅਦ ਚ ਚੱਲਾਂਗੇ, ਜੇ ਆਪਦੇ ਫਿੱਟ ਆ ਗਿਆ ਫੇਰ ਹੀ ਉਹਨਾਂ ਨੂੰ ਦਿਖਾਵਾਂਗੇ, ਮੈਂ ਕਹਿਣਾ ਵੀ ਮੈਂ ਹੀ ਨਾ ਜਾਇਆ ਮੈਂ ਪਹਿਲਾਂ, ਫਿਰ ਹਾਂ ਦੇਖ ਲਓ ਤੁਸੀਂ ਜਾਇਓ ਇਕੱਲੇ, ਕੱਲੇ ਜਾਇਓ ਫਿਰ, ਹੋਰ ਫਿਰ ਉਦੋਂ ਬਾਅਦ ਜੇ ਸਾਰੇ ਭਾਈ ਚੰਗਾ ਨਹੀਂ ਲੱਗਦਾ,
ਹਾਂ ਚਲ ਪੂਜਾ ਫੋਨ ਕਰ ਦੂਗੀ ਫਿਰ ਬਸ ਉਹਨੂੰ ਕਹਿੰਦੇ ਭਾਵੇਂ ਫੋਨ ਕਰਦੇ ਘਰ ਬਾਹਰ ਦੱਸ ਦੇ ਤੇ ਉਸ ਤੋਂ ਬਾਅਦ ਫਿਰ ਤੂੰ ਪੂਜਾ ਨੂੰ ਨਾਲ ਲੈ ਜੀ ਹਾਂ ਹਾਂ ਫਿਰ ਚਲੋ ਉਸ ਤੋਂ ਬਾਅਦ ਜਾ ਆਵਾਂਗੇ ਅਸੀਂ ਮੈਂ ਇਕੱਲੇ ਜਾ ਆਉਂਗੀ ਨਾ ਚਲ ਠੀਕ ਆ ਮੈਂ ਹੁਣ ਚਾਹ ਬਣਾ ਕੇ ਲਿਆਉਣੀ ਹੈ ਤੇ ਫਿਰ ਤੁਸੀਂ ਜਾ ਵੜਿਓ ਚਲ ਦੇਖਣ ਦਾ ਕੀ ਡਰ ਆ ਦੇਖ ਆਵਾਂਗੇ ਕੱਲ ਨੂੰ ਜਾ ਹੀ ਆਵਾਂਗੇ ਹੋਰ ਕੀ ਕਿਹੜਾ ਮੈਂ ਹੁਣ ਚਾਹ ਪੀ ਕੇ ਉੱਧਰ ਗੇੜਾ ਮਾਰਿਆ ਵਾ ਕੱਲ ਨੂੰ ਚੱਲਦੇ ਪੂਜਾ ਰਿਸ਼ਤਾ ਹੈ ਜ਼ਮੀਨ ਜਾਇਦਾਦ ਦੱਸਿਆ ਉਹਨੇ ਨਾਲੇ ਸਾਰੇ ਵੀ ਘਰੇ ਸੰਦ ਨੇ ਫਿਰ ਦੇਖਣ ਦਾ ਕੀ ਹਰਜ ਆਪਾਂ ਜਾ ਕੇ ਦੇਖ ਆਉਣੇ ਜਾਂਦਾ ਫਿਰ ਵੀਰਾ ਤੇਰਾ ਵੀਰਾ ਫਿਰ ਸੁਬਹ ਹੀ ਚਲਾ ਜਾਵੇਗਾ ਕੱਲ ਨੂੰ ਤੁਸੀਂ ਜਾਂਦੇ ਰਹੋ ਨਾਲ ਨੂੰ ਦੇਖਿਆ ਵਧੀਆ ਨਹੀਂ ਮੈਂ ਜਾਂਦੀ ਹਜੇ ਸੋਹਣੀ ਨੀ ਲੱਗਦੀ ਸੋਹਣੀ ਨੂੰ ਕੀ ਆ ਤੇਰੀ ਧੀ ਆ ਤੇਰਾ ਵੀ ਜਾਂਦਾ ਹੱਕ ਬਣਦਾ ਮੈਂ ਕਹਿੰਦੀ ਸੀ ਮੈਂ ਪਹਿਲਾਂ ਉਹਨੂੰ ਦੇਖਿਆ ਉਹਦੇ ਅੱਖਾਂ ਥਾਈ ਨੀ ਕੱਢਿਆ ਹੁੰਦੇ ਉਦੋਂ ਬਾਅਦ ਚ ਜਾ ਆਉਂਗੀ ਮੈਂ ਵੀ ਚਲੇ ਵੀ ਠੀਕ ਆ ਹਾਂ ਤੇ ਤੂੰ ਤਾਂ ਭੱਗ ਜੀ ਫਿਰ ਨਾਲ ਦਿਖਾ ਮੈਂ ਕੱਲੀ ਲੈਣ ਜਾਊਂਗੀ ਮੋਬਾਈਲ ਨੂੰ ਦੱਸ ਦੂੰਗੀ ਕੋਈ ਨੀ ਘਰ ਬਾਰ ਪਤਾ ਉਹਨੂੰ ਮੈਂ ਫੋਨ ਕਰੇ ਦੱਸ ਦੂੰ ਮਾਮੇ ਨੂੰ ਉੱਥੇ ਇਹ ਫੋਨ ਕਰ ਦੇਂਗੀ ਕਰ ਦੂੰਗੀ ਫੋਨ ਮੈਂ ਚਾ ਫਿਰ ਐਂ ਕਹਿ ਦੇਂ ਵੀ ਕੱਲ ਨੂੰ ਆਉਂਗੇ ਚੰਗਾ ਕੱਲ ਜਾਊਂ ਕਿਸ ਟਾਈਮ ਜਾਊਂਗੇ ਬਸ ਭੱਗ ਜੂਗਾ 9 ਵਜੇ ਨੂੰ ਬਸ ਮੈਨੂੰ ਫੋਨ ਕਰ ਦੇ ਫਿਰ ਮੈਂ ਉਧਰ ਕਰ ਦੂੰਗੀ ਮੈਂ ਗੱਲ ਦੱਸ ਦਿੰਦੀ ਉਧਰ ਫੋਨ ਲਾ ਕੇ ਹਾਂ ਮੈਂ ਬਸ ਜਦੋਂ ਘਰੋਂ ਤੁਰਨ ਲੱਗਿਆ ਮੈਂ ਫੋਨ ਕਰ ਦੂੰਗੀ ਤੇ ਤੂੰ ਫਿਰ ਉਧਰ ਫੋਨ ਕਰ ਦੇ ਚਲ ਠੀਕ ਚਾਹ ਪਾਣੀ ਲਿਆਵਾਂ ਨਾ ਬਸ ਚਾਹ ਪਾਣੀ ਤਾਂ ਠੀਕ ਹੈ ਭਾਣੇ ਮੈਂ ਤਾਂ ਕੰਮ ਛੱਡ ਕੇ ਹੀ ਸੀ ਅੱਧ ਵਿਚਾਰੇ ਜੇ ਮੈਂ ਪਹਿਲਾਂ ਪੂਜਾ ਕੋਲ ਜਾ ਆਇਆ ਵਾਂ ਫੇਰ ਨਹੀਂ ਜਾਇਆ ਜਾਣਾ ਚਲ ਵਧੀਆ ਹੋਗਾ ਟਾਈਮ ਨਾਲ ਕੁੜੀ ਘਰੇ ਜਾਊਗੀ ਆਪ ਹੋਰ ਤਾਂ ਕਰਕੇ ਭਾਣੇ ਚਲ ਫੋਨ ਕਰਦੀ ਤੂੰ ਚੰਗਾ ਮੈਂ ਕੰਮ ਕਰਨ ਨਹੀਂ ਜਾਣੀ ਠੀਕ ਹੈ ਹੁਣ ਦੱਸੋ ਜੀ ਦੇਖੋ ਆਪਾਂ ਚਾਹ ਪਾਣੀ ਪੀ ਲਿਆ ਤੇ ਜਿਹੜੀ ਆਪਣੀ ਰਿਸ਼ਤੇਦਾਰੀ ਸੀ ਉਹ ਇੱਕ ਪਾਸੇ ਰਹਿ ਗਈ ਤੇ ਹੁਣ ਤੁਸੀਂ ਮੈਨੂੰ ਜਿਹੜੀ ਆਪਾਂ ਮੈਂ ਮੇਨ ਕੰਮ ਹੈ ਦੇਖੋ ਮੈਂ ਵੀ ਆਪਦਾ ਕੁੜੀ ਦਾ ਰਿਸ਼ਤਾ ਤੁਹਾਡੇ ਘਰੇ ਕਰ ਲਾਂਗਾ ਤੇ ਤੁਹਾਡਾ ਵੀ ਹੱਕ ਹੈਗਾ ਜੇ ਕੋਈ ਗੱਲਬਾਤ ਪੁੱਛਣੀ ਆ ਤੇ ਮੇਰਾ ਤਾਂ ਹੈਗੀ ਹੈਗਾ ਮੈਂ ਤੁਹਾਨੂੰ ਇਹ ਪੁੱਛਦਾ ਸਭ ਤੋਂ ਪਹਿਲਾਂ ਵੀ ਤੁਹਾਡੀ ਮੰਗ ਮੰਗਾਈ ਕੀ ਹੈ ਮੰਗ ਸਾਡੀ ਕੋਈ ਨਹੀਂ ਭਾਈ ਉਹ ਤੇ ਗੱਲ ਐ ਹੁੰਦੀ ਬਾਪੂ ਜੀ ਤੁਹਾਡੇ ਵੇਲੇ ਟਾਈਮ ਕੋਈ ਹੋਰ ਸੀਗਾ ਅੱਜ ਕੱਲ੍ਹ ਦੇ ਮੁੰਡੇ ਕੁੰਡੇ ਤੈਨੂੰ ਪਤਾ ਅੱਜ ਕੱਲ੍ਹ ਗੱਲ ਕਰਦੇ ਆ ਹੋਰ ਹੁਣ ਜੇ ਕੋਈ ਹੈਗੀ ਤਾਂ ਹੁਣ ਦੱਸ ਦੇ ਤੂੰ ਸੁਣ ਲੈ ਬਾਈ ਬੇਬੇ ਤੈਨੂੰ ਪਤਾ ਤਾਂ ਹੈਗਾ ਮੇਰੇ ਤਿੰਨ ਸਵਾਲ ਨੇ ਇਹਦੇ ਤਿੰਨ ਸਵਾਲ ਨਹੀਂ ਲੋੜਦੇ ਪੁੱਛ ਲਾ ਤੂੰ ਕਿਹੜੇ ਸਵਾਲ ਇਹਦੇ ਤਿੰਨ ਸਵਾਲਾਂ ਦੇ ਚੱਕਰ 'ਚ ਮੈਂ ਮਰ ਜਾਣਾ ਕਿਸੇ ਦਿਨ ਤੇ ਇਹਦੇ ਤਿੰਨ ਸਵਾਲ ਹੀ ਨਹੀਂ ਪੂਰੇ ਹੋਣੇ 20 ਰਿਸ਼ਤੇ ਮੋੜ ਤੇ ਕੰਜਰ ਦੇ ਨੇ ਕੀ ਗੱਲ ਆ ਬਾਪੂ ਇਹ ਮੈਂ ਗੱਲ ਨਹੀਂ ਸਮਝਿਆ ਇਹ ਕੀ ਸਵਾਲ ਆ ਗਏ ਕਿਹੜੇ ਸਵਾਲ ਡਾਈ ਬੈਠਾ ਇਹ ਯਾਰ ਤਾਂ ਚ ਬੇਬੇ ਕਹਿੰਦੀ ਮੈਂ ਬੇਬੇ ਦੇ ਸਵਾਲਾਂ ਦੇ ਮੈਂ ਪੱਕਾ ਜੀ ਰਿਸ਼ਤਾ ਦੇਖ ਮੈਂ ਕਰ ਲੂੰਗਾ ਜੀ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਦਾਜ ਦੀ ਵੀ ਲੋੜ ਨਹੀਂ ਤਿੰਨ ਕੱਪੜੇ ਕੁੜੀ ਲਿਆਉਂਗਾ ਮੈਂ ਠੀਕ ਆ ਚਲੋ ਦੱਸੋ ਜੇ ਕਈ ਵਾਰੀ ਕੋਈ ਗੱਲ ਦਿਮਾਗ 'ਚ ਆ ਜਾਂਦੀ ਆ ਦੱਸੀ ਤਾਂ ਪਤਾ ਲੱਗੂ ਕੀ ਸਵਾਲ ਆ ਤੁਹਾਡੇ ਦੇਖ ਲਓ ਕਹਿੰਦਾ ਤਿੰਨ ਬੰਦੇ ਨੂੰ ਤਿੰਨ ਰੋਗ ਮਾਰਦੇ ਆ ਦੱਸ ਹਾਂ ਕਿਹੜੇ ਕਿਹੜੇ ਦੇਖ ਲਓ ਸੀਰੀ ਮਾੜਾ ਮਿਲ ਜੇ ਜੀ ਤੇ ਕਹਿੰਦਾ ਸਾਲ ਦਾ ਰੋਗ ਮਾਰ ਦਿੰਦਾ ਅੱਛਾ ਜੇ ਤੀਵੀਂ ਮਾੜੀ ਮਿਲ ਜੇ ਤਾਂ ਸਾਰੀ ਉਮਰ ਦਾ ਰੋਗ ਮਾਰ ਦਿੰਦਾ ਜ਼ਿੰਦਗੀ ਖਰਾਬ ਹੋਈ ਹੋ ਜਾਂਦੀ ਇੱਕ ਤਰ੍ਹਾਂ ਦੀ ਠੀਕ ਹੈ ਜੀ ਜੇ ਜ਼ਮੀਨ ਬੰਜਰ ਮਿਲ ਜੇ ਫਿਰ ਕੁੱਲ ਰੋਗ ਹੋ ਜਾਂਦਾ ਬਸ ਇਹਨਾਂ ਇਲਾਜ ਚਾਹੀਦਾ ਜੀ ਮੈਨੂੰ ਵੀ ਤਿੰਨ ਰੋਗ ਹੁੰਦੇ ਆ ਹਾਂ ਜੇ ਤਿੰਨ ਰੋਗਾਂ ਦਾ ਬਸ ਇਲਾਜ ਚਾਹੀਦਾ ਮੈਨੂੰ ਕੀ ਮੰਨ ਕੇ ਤਿੰਨ ਰੋਗ ਹੁੰਦੇ ਆ ਜੇ ਸਾ ਸੀਰੀ ਮਾੜਾ ਮਿਲ ਜੇ ਮਾੜਾ ਮਿਲ ਮੈਂ ਤੁਹਾਡੀ ਗੱਲ ਸਮਝ ਗਿਆ ਵੀ ਆਪਾਂ ਨੂੰ ਸੀਰੀ ਮਾੜਾ ਮਿਲ ਜੇ ਤੇ ਸਾਲ ਖਰਾਬ ਹੋ ਜਾਂਦਾ ਹਾਂ ਖਰਾਬ ਹੋ ਗਿਆ ਜੇ ਤੀਵੀਂ ਖਰਾਬ ਮਿਲ ਜੇ ਤਾਂ ਉਮਰ ਭਰ ਮੰਨ ਕੇ ਚੱਲ ਵੀ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮੰਨ ਕੇ ਚੱਲੋ ਜੇ ਜ਼ਮੀਨ ਮਾੜੀ ਮਿਲ ਜੇ ਤਾਂ ਕੁੱਲ ਦਾ ਰੋਗ ਹੋ ਜਾਂਦਾ ਹਾਂ ਵੀ ਇਹਦਾ ਤੁਹਾਨੂੰ ਜਵਾਬ ਚਾਹੀਦਾ ਹਾਂ ਜਵਾਬ ਚਾਹੀਦਾ ਇਲਾਜ ਚਾਹੀਦਾ ਮੈਨੂੰ ਬਸ ਆਹੀ ਗੱਲ ਹੈ ਜੀ ਹਾਂ ਗੱਲ ਹੈ ਚਲੋ ਜੀ ਕੁਛ ਨਾ ਤੁਸੀਂ ਮੈਨੂੰ ਐਂ ਕਰੋ ਜੇ ਤੁਸੀਂ ਇਹ ਜਵਾਬ ਮੰਗਦਾ ਨਾ ਤਿੰਨ ਸਵਾਲਾਂ ਦੇ ਆਪਾਂ ਦੇ ਦੇਵਾਂਗੇ ਥੋੜਾ ਮੈਨੂੰ ਟਾਈਮ ਚਾਹੀਦਾ ਮੇਰੇ ਕੰਨੀ ਕੀ ਵੇ ਤੀਵੀਂ ਤੀਵੀਂ ਲਾਈ ਆ
ਮੇਰੇ ਕੰਨੀ ਹੱਥ ਕਰ ਕਰ ਬੋਲਦਾ। ਜਮੀਨ ਪੂਰੀ ਆਪਣੇ ਕੋਲ 8 ਕਿੱਲੇ ਆ ਜੀ। ਹਾਂ 8 ਕਿੱਲੇ ਆ, ਬਸ ਅੱਧਾ ਕਿੱਲਾ ਹੋਰ ਲੈਣਾ ਆਪਾਂ ਪਰਸ ਚੌਥੇ ਜੀ। ਜਵਾਬ ਦੇਵਾ ਤੈਨੂੰ ਮੁੰਡੇ ਨਾਲ ਬਾਪੂ, ਉਹ ਤੂੰ ਮਰ ਜਾਣਾ, ਮੈਂ ਸਾਰੀ ਜ਼ਿੰਦਗੀ ਉੱਥੇ ਧੱਕੇ ਖਾਂਦਾ ਫਿਰੂੰਗਾ। ਜੇ ਮਾੜੀ ਤੀਵ ਮਿਲ ਜਾਏ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਜੇ ਖਾਨਦਾਨੀ ਹੋਏ ਨਾ ਇਹ ਜਵਾਬ ਦੇ ਦੇਣਗੇ। ਸਾਂਝਾ ਕਰ, ਤੂੰ ਸਾਰੀ ਉਮਰ ਐ ਰਹਿ ਗਿਆ ਜੇ ਰਹਿ ਗਿਆ, ਮਾੜੀ ਮੋਟੀ ਬੇਬੇ ਦਾ ਅਕਲ ਸਿੱਖ ਲੈਂਦਾ। ਸਮਝਾ ਦੇ ਕੋਈ ਕੰਜਰ ਦੇ ਨੂੰ, ਇਹਨੂੰ ਮੈਂ ਕਹੀ ਜਾਂਦਾ ਗਾ ਮੈਂ ਮਰ ਜਾਣਾ ਗਾ, ਮੈਂ ਤਾਂ ਇੱਕ ਦੋ ਦਿਨਾਂ ਦਾ ਪੁੱਤ। ਉਹ ਕੋਈ ਨਾ ਮਰ ਜਾਏਗਾ, ਕੋਈ ਨਾ ਚੱਕ ਕੇ ਮੂੰਹ ਕੇ ਆਵਾਂਗੇ, ਦਿਮਾਗ ਨਾ ਖਰਾਬ ਕਰਿਆ। ਚੱਲ ਠੀਕ ਆ ਯਾਰ, ਚੱਲ ਕੋਈ ਨਹੀਂ, ਮੇਰੇ ਬੈਠੇ ਬੈਠੇ ਹੋ ਜੇ ਕੰਜਰ ਦਾ ਰਿਸ਼ਤਾ ਤਾਂ ਮੇਰੀ ਸੌਖੀ ਜਾਨ ਨਿਕਲ ਜੂ। ਕੋਈ ਨੀ, ਜੇ ਖੜੇ ਖੜੇ ਤੋਂ ਹੋਵੇ ਤਾਂ ਵੀ ਕੋਈ ਗੱਲ ਨੀ, ਜੇ ਜਾਨ ਨੇ ਨਿਕਲਣਾ ਆਈ ਤਾਂ ਨਿਕਲ ਜਾਣ, ਕੋਈ ਗੱਲ ਨੀ, ਬਥੇਰਾ ਆਪਾਂ ਖਾਣ ਡਾ ਲਿਆ। ਉਹੀ ਨਾ ਤੂੰ ਉਹ ਕਰੀ ਜਾ, ਮਾਲਾ ਚ ਰਹਿਣਾ ਤੇ ਮਾਲਾ ਵਾਲੀਆਂ ਗੱਲਾਂ ਕਰਿਆ ਕਰ। ਤੂੰ ਵੀ ਕਰ ਲਿਆ ਕਰ, ਮੜਾ ਸੁਰਗਾਂ ਨੂੰ ਵਗ ਜਾਈ, ਨਹੀਂ ਜਹੀ ਤੇਰੀ ਜਵਾਨ ਤੰਦਰ ਨਰਕਾਂ ਚ ਥਾਂ ਨਹੀਂ ਮਿਲਣੀ। 12 ਵਜੇ ਉੱਠ ਕੇ ਨਹੀਂ ਕਰੀ ਦੀ ਮਾਲਾ, ਮੈਂ ਤਾਂ ਸਵੇਰ ਉੱਠ ਕੇ ਨਹਾ ਕੇ ਨਾ ਜਪਜੀ ਸਾਹਿਬ ਦਾ ਪਾਠ ਕਰਦੀ ਆ, ਚੱਕਰੀ ਮਾਲਾ 12 ਵਜੇ ਕੀ ਨਹੀਂ ਬਣਦਾ ਮਸਾਂ। ਨਾ ਤੇਰੇ ਨਾਲ ਤਾਂ ਮੱਥਾ ਫੋੜੀ ਕਰਨ ਦਾ ਫਾਇਦਾ ਹੀ ਨਹੀਂ, ਚਾਹ ਸਾਰਾ ਦਿਨ ਹੀ ਚਾਹ, ਇੱਥੇ ਡੋਲ ਦੇਗਾ ਹੱਥ ਤੇਰੇ ਕੰਬੀ ਜਾਂਦੇ ਹੈਗੇ, ਰਹਿਣ ਦੇ ਸਾਰਾ ਦਿਨ ਚਾਹ। ਫਿਰ ਬਲੱਡ ਦੀ ਗੋਲੀ ਲਿਆ ਦੇ ਇੱਕ ਉਥੋਂ, ਹੁਣ ਬਲੱਡ ਵੀ ਵੱਧ ਘੱਟ ਜੇ ਦੀ। ਆ ਕੰਜਰ ਕਿਹੜਾ ਹੈਗਾ ਮੇਰਾ ਸਾਲਾ, ਮੇਰਾ ਵਧਾ ਆਂਦਾ ਬਲੱਡ, ਜਾ ਲੈ ਕੇ ਇੱਕ ਵਧੇ ਹੀ ਰਹਿੰਦਾ ਤੇਰਾ ਤਾਂ, ਜਾ ਭੱਜ ਕੇ ਜਾ ਕੇ। ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ। ਰੀਤਾ, ਹਾਂ ਮੰਮੀ, ਕੀ ਕਰੀ ਜਾਂਦੀ ਆ, ਝਾੜੂ ਲਾਉਂਦੀ ਆ, ਮੈਨੂੰ ਟਾਈਮ ਮੰਗਦਾ ਜੇ ਪਈ ਹੋਈ ਆ, ਚੱਲ ਲਾ ਲਾ ਝਾੜੂ, ਮੈਂ ਰਸੋਈ ਸਾਫ਼ ਕਰਦਾ ਇਹਨੇ। ਠੀਕ ਆ, ਮੰਮੀ ਰਸੋਈ ਚ, ਮੰਮੀ ਡੈਡੀ ਨੂੰ ਪਾਣੀ ਦੇ ਦੇ। ਆ ਗਈ ਪੁੱਤ, ਆ ਗਈ। ਸਾਰਾ ਕੁਛ ਠੀਕ ਆ, ਮੁੰਡਾ ਵੀ ਠੀਕ ਆ, ਜ਼ਮੀਨ ਜਾਇਆ ਵੀ ਠੀਕ ਆ। ਫੇਰ ਗੱਲ ਤਾਂ ਉਹਨਾਂ ਨੇ ਮੈਨੂੰ 3 ਸਵਾਲ ਪਾਏ ਆ। ਆਹੋ ਜੀ, ਕਿਹੜੇ ਸਵਾਲ ਪਾਤੇ? ਸਿਆਣੇ ਬੰਦੇ ਕੋਲ ਜਾ ਕੇ ਆਉਣਾ ਗਾ, ਓਹਦੀ ਰਾਇ ਲੈ ਕੇ ਆਉਣਾ ਗਾ, ਤੇ ਫੇਰ ਮੈਂ ਤੈਨੂੰ ਦੇਖਦੇ ਜੇ ਸਿਆਣੇ ਬੰਦੇ ਦੱਸਤਾ ਫੇਰ ਮੈਂ ਜਾ ਕੇ ਓਹਨੂੰ ਦੱਸਿਆ। ਤੂੰ ਕਿਹੜਾ ਸਵਾਲ ਤਾਂ ਦੱਸ, ਕੀ ਹੈ?
ਡੈਡੀ ਮੰਮੀ ਤੇ ਸਿਆਣਾ ਕੌਣ ਆ? ਦੱਸ ਦੇ ਮੰਮੀ ਨੂੰ, ਉਹਨੂੰ ਸਾਰੇ ਜਵਾਬ ਆਉਂਦੇ ਨੇ। ਤੇਰੇ ਹਿਸਾਬ ਚ ਕਿੱਥੇ ਆਜੂ ਗੱਲ ਜਦੋਂ ਮੇਰੇ ਚ ਨਹੀਂ ਆਉਂਦੀ? ਲੈ ਕੀ ਪਤਾ ਮੇਰੇ ਦਿਮਾਗ ਚ ਆ ਜਾਏ ਤੇਰੇ ਦਿਮਾਗ ਚ ਨਾ ਆਵੇ। ਚੱਲ ਮੈਂ ਦੱਸ ਦਿੰਦਾ, ਮੈਨੂੰ ਕਿਹੜਾ ਕੋਈ ਭਾਰ ਲੱਗਦਾ ਗਾ। ਉਹ ਕਹਿੰਦੇ ਆਪਾਂ ਜਿਹੜਾ ਸੀਰੀ ਰੱਖਦੇ ਹੁੰਦੇ ਆ, ਅੱਛਾ ਤਿੰਨ ਤਿੰਨ ਰੋਗ ਦੱਸਿਆ ਉਹਨਾਂ ਨੇ ਮੈਨੂੰ, ਕਹਿੰਦਾ ਬੰਦੇ ਦੇ ਘਰੇ ਹੁੰਦੇ ਆ ਇਹ। ਮੈਂ ਉਹ ਕਿਵੇਂ? ਕਹਿੰਦਾ ਜੇ ਜਿਹੜਾ ਆਪਾਂ ਸੀਰੀ ਰੱਖਦੇ ਆ ਸਾਲ ਦਾ ਰੋਗ ਲੱਗ ਜਾਂਦਾ ਜੇ ਮਾੜਾ ਟੱਕਰ ਦੇ, ਸਾਲ ਵਾਸਤੇ ਰੱਖਦੇ ਆ ਕਹਿੰਦਾ ਆਪਾਂ। ਹਾਂ ਵੀ ਸਾਲ ਵਾਸਤੇ ਰੱਖਦੇ ਆ। ਜੇ ਆ ਕੇ ਤੀਵੀਂ ਮਾੜੀ ਆ ਜੇ ਉਮਰ ਭਰ ਦਾ ਰੋਗ ਲੱਗ ਜਾਂਦਾ ਗਾ, ਜੇ ਆ ਕੇ ਜ਼ਮੀਨ ਮਾੜੀ ਹੋਵੇ ਤਾਂ ਕੁੱਲ ਦਾ ਰੋਗ ਲੱਗ ਜਾਂਦਾ। ਵੀ ਇਹਨਾਂ ਤਿੰਨਾਂ ਗੱਲਾਂ ਦਾ ਮੈਨੂੰ ਜਵਾਬ ਚਾਹੀਦਾ। ਆਹ ਗੱਲ ਆ ਸਾਰੀ, ਇਹ ਸਵਾਲਾਂ ਦਾ ਜਵਾਬ ਪੁੱਛ ਰਿਹਾ ਸੀ। ਹਾਂ ਇਹਨਾਂ ਦੇ ਹੀ ਜਵਾਬ ਤਾਂ ਤੈਨੂੰ ਮੈਂ ਦੱਸਦਾ ਨਹੀਂ ਹੈ, ਅੱਗੇ ਤੇਰੀ ਮਰਜ਼ੀ। ਤੈਨੂੰ ਪਤਾ ਗਾ ਲੈ ਹੋਰ ਵਾਹ ਸੱਚੋ ਹੀ ਦੱਸ ਨਾ ਸੱਚੀ ਪਤਾ ਹੈ ਨਾ ਫਿਰ ਦੱਸ ਵੇ ਕੀ ਗੱਲ ਆ ਤਾਂ ਫਿਰ ਐਂ ਪਤਾ ਹੁੰਦਾ ਮੈਂ ਤੈਨੂੰ ਨਾਲ ਹੀ ਲੈ ਜਾਂਦਾ, ਐਡਾ ਘੋਗਾ ਜਿਹੜਾ ਤੈਨੂੰ ਮੈਂ ਘਰੇ ਛੱਡ ਗਿਆ। ਲੈ ਸਵਾਲ ਤਾਂ ਜਵਾਬ ਤਾਂ ਮੈਂ ਤੈਨੂੰ ਦੱਸ ਦਿਆਂ ਪਰ ਦੱਸੀ ਨਾ ਕਿਸੇ ਕੋਲੇ ਹਜੇ। ਚੱਲ ਦੱਸ ਗਾਣਾ ਗੱਲ ਕਰੀ ਸਹੀ, ਇਹਦਾ ਦੋ ਗੱਲਾਂ ਦਾ ਇੱਕ ਦਾ ਹੋਰ ਰਹਿੰਦਾ ਹਜੇ, ਤੀਜੀ ਦਾ ਵੀ ਦੱਸ ਦਾਨੀ ਆ ਬਸ। ਸਾਹੀ ਗੱਲ ਆ ਗਈ ਲਾਹੌਰ ਮੈਨੂੰ ਤਾਂ ਦਿਮਾਗ ਹੀ ਨਹੀਂ ਲਾਇਆ ਤਾਂ ਗੱਲ ਹੀ ਫਿਰ ਬਾਲੀ ਛੋਟੀ ਆ ਗਈ। ਮੈਨੂੰ ਤਾਂ ਦੱਸ ਦੋ ਕੋਈ ਜਣਾ, ਤੂੰ ਨਾ ਵਿੱਚ ਬੋਲ, ਤੂੰ ਤਾਂ ਵਿੱਚ ਹੀ ਨਾ ਬੋਲ, ਤੂੰ ਸਾਡੇ ਸਵਾਲ ਦਾ ਮਾਲ ਲੈਣ ਕੀ ਰਹਿਣਾ। ਆਹ ਤਾਂ ਤੇਰੀ ਗੱਲ ਠੀਕ ਆ ਹਨਾ, ਚੱਲ ਕੋਈ ਗੱਲ ਨਹੀਂ, ਜਦੋਂ ਹੁਣ ਮੈਂ ਗਿਆ ਨਾ ਸਵਾਲਾਂ ਦਾ ਜਵਾਬ ਲੈ ਕੇ ਜਾਊਂ ਉਹਦੇ ਕੋਲ। ਲੈ ਨਿੱਕੇ ਜੇ ਸਵਾਲ ਦਾ ਜਵਾਬ ਸੀ ਉਹਦੀ ਨਾ ਦਿੱਤਾ ਗਿਆ ਸੋ ਉੱਥੋਂ ਨਾ, ਮੈਨੂੰ ਤਾਂ ਨਹੀਂ ਆਇਆ, ਮੈਨੂੰ ਕੱਪ ਮਾਰਾ, ਮੈਂ ਤਾਂ ਉਲਟ ਗਿਆ ਇਹਦੇ ਚ ਵੀ ਆਹ ਗੱਲ ਆਹ ਕਹਾਣੀ ਆ ਵੀ ਇਹ ਮੁੰਡੇ ਨੇ ਜਵਾਬ ਕਰਿਆ ਸੀ। ਹਾਂ ਮੁੰਡਾ ਕਹਿੰਦਾ ਵੀ ਜਿਹੜਾ ਆ ਕਰੂਗਾ ਤਾਂ ਹੀ ਤਾਂ ਉਹ ਹੋ ਗਿਆ ਨਾ ਗੱਲ, ਕਹਿੰਦਾ ਜਿਹੜੇ ਆਹ ਤਿੰਨ ਗੱਲਾਂ ਜਵਾਬ ਦੇ ਦੂਗਾ ਮੈਂ ਰੇਤਾ ਲੈ ਲੂ, ਇਹ ਤੋਂ ਪਹਿਲਾਂ 20 ਰੇਤੇ ਮੁੜ ਗਏ, ਕਹਿੰਦਾ ਕਿਸੇ ਨੂੰ ਜਵਾਬ ਹੀ ਨਹੀਂ ਆਇਆ। ਲੈ ਫਿਰ ਉਹ ਇਹਦੇ ਜਵਾਬ ਕਾਹਤੋਂ ਰੱਖਦਾ, ਕੋਈ ਹੋਊਗਾ ਉਹਦੇ ਦਿਮਾਗ 'ਚ ਗੱਲ ਹੋਊਗੀ ਕੋਈ, ਕਿਉਂ ਰੱਖਦਾ? ਹੁਣ ਤੂੰ ਆਪ ਵੀ ਹਿਸਾਬ ਲਾ ਲਾ ਵੀ ਕਿਉਂ ਜਵਾਬ ਰੱਖਦਾ ਉਹ, ਜਿਹੜੇ ਆਪਾਂ ਨੂੰ ਸਵਾਲ ਪਾਇਆ ਉਹਦੀ ਵਜ੍ਹਾ ਹੋਊਗੀ ਕੋਈ ਤਾਂ ਹੀ ਰੱਖਦਾ ਉਹ। ਹੁਣ ਤੁਸੀਂ ਗੱਲ ਸੁਣੋ ਜੀ, ਚਾਰ ਸਵਾਲ ਮੇਰੇ ਵੀ ਨੇ। ਓਏ ਹੁਣ ਤੇਰੇ ਕਿਹੜੇ ਆ ਗਏ ਚਾਰ? ਜੇ ਉਹ ਸਵਾਲ ਕਰ ਸਕਦਾ ਆਪਾਂ ਤੇ ਆਪਾਂ ਨਹੀਂ ਕਰ ਸਕਦੇ ਸਵਾਲ? ਮੇਰੇ ਚਾਰ ਸਵਾਲ ਇਹ ਨੇ, ਪਹਿਲੇ ਕਮਰੇ 'ਚ ਤਾਂ ਪਈ ਸ਼ਰਾਬ, ਦੂਜੇ 'ਚ ਪਈ ਆ ਮੀਟ, ਤੀਜੇ ਕਮਰੇ 'ਚ ਪਿਆ ਸਿਆਉਣਾ ਚਾਂਦੀ, ਸਿਆਉਣਾ ਚਾਂਦੀ ਤੇ ਚੌਥੇ ਕਮਰੇ 'ਚ ਪਈ ਆ ਪਰਾਈ ਤੀਵੀਂ। ਅੱਛਾ ਤੂੰ ਐਂ ਦੇਖ ਪ੍ਰਤਿਆ ਕੇ ਸਭ ਤੋਂ ਪਹਿਲਾਂ ਕਿਹਨੂੰ ਉਹ ਕਰਦਾ? ਅੱਛਾ ਮੈਂ ਜਾ ਕੇ ਉਹਨੂੰ ਇਹ ਗੱਲ ਪੁੱਛਣੀ ਆ ਬਈ ਭਾਈ ਚਾਰ ਕਮਰੇ 'ਚ ਚਾਰ ਚੀਜ਼ਾਂ ਪਈਆਂ ਨੇ, ਇੱਕ 'ਚ ਪਿਆਗਾ ਮੀਟ, ਇੱਕ 'ਚ ਪਈ ਆ ਸ਼ਰਾਬ, ਹਾਂ ਇੱਕ 'ਚ ਪਈ ਆ ਪਰਾਈ ਇਸਤਰੀ, ਹਾਂ ਹਾਂ ਤੇ ਇੱਕ 'ਚ ਪਿਆ ਸਿਆਉਣਾ ਸਿਆਉਣਾ ਚਾਂਦੀ। ਇਹ ਚਾਰ ਚੀਜ਼ਾਂ ਪਈਆਂ, ਚਾਰਾਂ ਚੀਜ਼ਾਂ ਤੋਂ ਪਹਿਲੀ ਚੀਜ਼ ਕਿਹੜੀ ਚੱਕਦਾ? ਕਿਹੜੀ ਚੱਕਦਾ? ਜੇ ਉਹਨੇ ਆਪਾਂ ਨੂੰ ਜਵਾਬ ਦੇਤਾ ਫਿਰ ਤਾਂ ਠੀਕ ਹੈ, ਫਿਰ ਤਾਂ ਸਵਾਲਾਂ ਜਵਾਬ ਦੇ ਦਿਓ ਤੇ, ਨਹੀਂ ਫਿਰ ਤੂੰ ਪਹਿਲਾਂ ਨਾ ਦੇਈ ਜਵਾਬ। ਅੱਛਾ ਜੇ ਉਹਨੇ ਆਪਣੇ ਸਵਾਲ ਦਾ ਜਵਾਬ ਦੇਤਾ ਫਿਰ ਤਾਂ ਮੈਂ ਉਹਨੂੰ ਦੇ ਦਿਆਂ, ਦੇ ਦਾਂ ਤੇ ਨਹੀਂ ਦੇਣ ਦੀ ਲੋੜ ਨਹੀਂ, ਲੋੜ ਹੀ ਨਹੀਂ ਬਸ। ਠੀਕ ਹੈ ਆਪਾਂ ਵੀ ਦੇਖ ਲਈਏ ਜਵਾਬ ਪਰ ਜਾ ਕੇ ਦੇਖਦਾ। ਫਿਰ ਤੂੰ ਐਂ ਕਰ ਮੇਰੇ ਨਾਲ ਹੀ ਚੱਲ, ਉੱਥੇ ਮੈਨੂੰ ਜਵਾਬ ਦਿਓ, ਫਿਰ ਮੈਨੂੰ ਤਾਂ ਆਪ ਨਹੀਂ ਪਤਾ ਇਹਦੇ ਜਵਾਲਾਂ ਦਾ ਜਵਾਬ ਕੀ, ਉਹ ਵੀ ਤੂੰ ਦੱਸੀ ਮੈਨੂੰ। ਮੈਂ ਕਿਹੜਾ ਨਾਲ ਜਾਂਦੀ, ਸੋਹਣੀ ਲੱਗਦੀ ਆ, ਅਗਲਾ ਆਪਾਂ ਕੁੜੀ ਦੀ ਮਾਂ ਆਈ ਆ ਨਾਲ। ਕੋਈ ਨਹੀਂ ਅੱਜ ਕੱਲ ਤਾਂ ਵਗ ਜਾਂਦੇ ਹੁੰਦੇ ਆ, ਮੰਨੀ ਨਹੀਂ ਹੁੰਦੀ ਗੱਲ, ਕੁਛ ਨਹੀਂ ਹੁੰਦਾ। ਚੱਲ ਹੁਣ ਉਹ ਤਾਂ ਨਾ ਜਾਂਦੀ, ਪਹਿਲਾਂ ਮੈਂ ਤੈਨੂੰ ਲੈ ਕੇ ਨਹੀਂ ਗਿਆ ਨਾ ਵੀ ਮੈਨੂੰ ਜਾਣ ਦੇ, ਬਾਕੀ ਜਿਹੜੇ ਹੁਣ ਕਿਹੜਾ ਉਹ ਪਹਿਲਾਂ ਆਪਾਂ ਕਿਹੜਾ ਜਾਣਦੇ ਨੀ, ਗੱਲ ਤਾਂ ਉਹਨਾਂ ਨੇ ਆਪਣੇ ਘਰ ਵਾਲੇ ਹੀ ਆ, ਕੋਈ ਗੱਲ ਪਹਿਲਾਂ ਉਹਨੂੰ ਮੈਂ ਵੀ ਜਾ ਕੇ ਆਹੀ ਗੱਲ ਕਹੀ ਸੀ। ਦੇਖੋ ਭਾਈ ਆਪਣੀ ਰਿਸ਼ਤੇਦਾਰੀ ਇੱਕ ਪਹਿਲਾਂ ਆਉਣੇ ਜਾਣੇ ਗੱਲ ਪਾਸੇ ਰਹੇਗੀ, ਹੁਣ ਮੈਂ ਕਹਦਾ ਰਿਸ਼ਤਾ ਜੇ ਕੋਈ ਗੱਲ ਬਾਤ ਪੁੱਛਣੀ ਤੁਸੀਂ ਪੁੱਛ ਸਕਦੇ ਹੋ, ਅਸੀਂ ਪੁੱਛ ਸਕਦੇ, ਇਹ ਗੱਲ ਮੈਂ ਪਹਿਲਾਂ ਕਹੀ ਤੀ ਸੀ, ਹੁਣ ਤੇਰਾ ਹੱਕ ਆ ਜਾਣ ਦਾ। ਚੱਲ ਫਿਰ ਮੈਂ ਦੇਖਦੀ ਆਂ, ਇੰਨੇ ਮੜਾ ਰਸੋਈ 'ਚ ਕੰਮ ਜਾ ਪਿਆ, ਮੈਂ ਮਟਿਆ ਦਾਂ ਕੁੜੀ ਝਾੜੂ ਲਾ ਕੇ ਬਸ ਆਪਦਾ ਕਰ ਲੂ ਕੰਮ, ਕਰਦੇ ਤੜਕੇ ਸਦੇਹਾਂ ਚੱਲਾਂਗੇ। ਹੋਰ ਬਸ ਹੁਣ ਨਿਬੇੜਦਾ ਨਹੀਂ ਮੈਂ ਰਸੋਈ ਦਾ ਕੰਮ ਤਾਂ, ਅੱਜ ਕਰਦੇ ਜਾ ਠੀਕ ਹੈ ਫਿਰ।
ਮੈਂ ਹੁਣ ਬਸ ਨਿਬੇੜ ਕੇ ਕੰਮ ਰਸੋਈ ਦਾ ਸਵਾਲਾਂ ਦੇ ਕੰਮ ਆ ਕੇ ਅੜ ਗਿਆ ਮਾਂ ਕੀ ਹੈ ਬਹੁਤ ਆ ਮੈਂ ਤਾਂ ਉਹੀ ਪੁਰਾ ਫਸਾਂ ਤੇਜ਼ ਆ ਭਾਈ ਤੇਰੀ ਮਾਂ ਤਾਂ ਤੇਜ਼ ਬਹੁਤ ਆ ਮੈਂ ਕਿਹਾ ਤਾਂ ਹੈਗਾ ਸੀ ਡੈਡੀ ਵੀ ਮੰਮੀ ਦਾ ਬਾਲਾ ਤੇਜ਼ ਮਾਂ ਕਾ ਚਲ ਐਂ ਕਰੋ ਤੁਸੀਂ ਜਾਓ ਮੈਂ ਕੰਮ ਆਪੇ ਕਰ ਲੂੰਗੀ ਹੁਣ ਤਾਂ ਨਹੀਂ ਜਾਣਾ ਤੜਕੇ ਜਾ ਬਣਾਂਗੇ ਆਲਾ ਅੱਜ ਫੇਰ ਆ ਗਿਆ ਚੰਗਾ ਬਾਪੂ ਠੀਕ ਹੈ ਮੰਮੀ ਬਣਾ ਲਾ ਚਾਹ ਕੁੱਟੇ ਕੋ ਬਣਾਈ ਜਾਂਦੀ ਹੈ ਪੁੱਤ ਆਪਦਾ ਪਾਣੀ ਭਜਾਈ ਅੱਗੇ ਤੁਹਾਡੀ ਮਰਜ਼ੀ ਆ ਉਹ ਮੈਂ ਕਿਹਾ ਜਾਲਾ ਜੀ ਚੱਲ ਜਾਣ ਕੇ ਕਹਿਤਾ ਡੈਡੀ ਨੇ ਵੀ ਚਾਹ ਬਣਾਉਣੀ ਪਊ ਮੰਮੀ ਨੂੰ ਹਨਾ ਚੱਲ ਫਿਰ ਜਿੱਤ ਕੇ ਆਇਓ ਬਗਜੋ ਚੱਲ ਤੂੰ ਚਾਹ ਦੀ ਘੁੱਟ ਬਣਾ ਕੇ ਪੀਣੀ ਆਪਦੀ ਠੀਕ ਆ ਮੈਂ ਪਹਿਲਾਂ ਕੱਪੜਿਆਂ ਦੀ ਤੈਅ ਲਾ ਦਾਂ ਬਚਨੀ ਹਾਂ ਉਹਨਾਂ ਦਾ ਫੋਨ ਆਈ ਉਹ ਤਾਂ ਤੁਰੇ ਹੋਏ ਆ ਹੀ ਜਾਂਦੇ ਆ ਤੇ ਤੇਰੇ ਪਿਓ ਕਿੱਥੇ ਆਗਾ ਉਹ ਕਿੱਥੇ ਆਣਾ ਤੈਨੂੰ ਪਤਾ ਠੱਲ ਤੇ ਬੈਠਾ ਉੱਥੇ ਤਾਂ ਸਕੁੱਤੀ ਜਾਂਦਾ ਹੋਰ ਕੀ ਆ ਤੇ ਤੂੰ ਵੀ ਤਾਂ ਕਿਹੜੇ ਵੇਲੇ ਦਾ ਬਾਹਰ ਗਿਆ ਮੈਂ ਤਾਂ ਲੱਭਦੀ ਫਿਰਦੀ ਰਹੀ ਤੈਨੂੰ ਉਹਨਾਂ ਫੋਨ ਆ ਗਏ ਸੀ ਵੀ ਅਸੀਂ ਆਉਂਦੇ ਆ ਹੁਣ ਕੀ ਲੈਣ ਆਉਂਦੇ ਆ ਉਹ ਲੈ ਕੀ ਲੈਣ ਆਉਂਦੇ ਆ ਰਿਸ਼ਤੇ ਵਾਸਤੇ ਗੱਲ ਨਹੀਂ ਕਰਨੀ ਹੈਗੀ ਉਹ ਸਵਾਲਾਂ ਜਵਾਬ ਤੇ ਦੇਣ ਫੇਰ ਰਿਸ਼ਤਾ ਕਰਾਂਗੇ ਉਹ ਵੀ ਦੇਣਗੇ ਦੇਣਗੇ ਉਹ ਲੈ ਜਵਾਬ ਦੇਣਗੇ ਜੀ ਜਿਹੜੇ ਸਵਾਲ ਨੇ ਤੇਰੇ ਜਵਾਬ ਦੇਣਗੇ ਉਹਨਾਂ ਸਵਾਲਾਂ ਦਾ ਫੇਰ ਹੀ ਗੱਲ ਅੱਗੇ ਵਧੂਗੀ ਚਲ ਠੀਕ ਆ ਲਾ ਚਾਹ ਪਾਣੀ ਚਾਹ ਦੀ ਨਾ ਪਾਣੀ ਦੀ ਤੇ ਦੇਖ ਤੁਸੀਂ ਸਾਨੂੰ ਸਵਾਲ ਪਾਏ ਸੀਗੇ ਤੇਰੇ ਸਵਾਲਾਂ ਦਾ ਜਵਾਬ ਸਾਡੇ ਕੋਲ ਹੈਗਾ ਗਾ ਪਰ ਗੱਲ ਇੱਕ ਆ ਗਈ ਇਹ ਕਹਿੰਦੀ ਚਾਰ ਸਵਾਲ ਜਦੋਂ ਤੂੰ ਸਵਾਲ ਪਾਤੇ ਚਾਰ ਸਵਾਲ ਕਹਿੰਦੇ ਮੇਰੇ ਵੀ ਹੈ ਤੂੰ ਸਾਡੇ ਸਵਾਲਾਂ ਦਾ ਜਵਾਬ ਦੇ ਹਾਂ ਦੱਸੋ ਜਵਾਬ ਦਊਂਗਾ ਮੈਂ ਦੱਸ ਦੇ ਭਾਈ ਲੈ ਕਾਕਾ ਹੁਣ ਤੂੰ ਸਾਡੇ ਸਵਾਲਾਂ ਦੇ ਜਵਾਬ ਦੇ ਪਹਿਲੇ ਕਮਰੇ 'ਚ ਤਾਂ ਪਈ ਹੈ ਸ਼ਰਾਬ ਠੀਕ ਹੈ ਪਹਿਲੇ ਕਮਰੇ 'ਚ ਪਈ ਹੈ ਸ਼ਰਾਬ ਇੱਕ ਕਮਰੇ 'ਚ ਪਈ ਹੈ ਸ਼ਰਾਬ ਠੀਕ ਹੈ ਜੀ ਦੂਜੇ ਕਮਰੇ 'ਚ ਪਿਆ ਦੇਖ ਮੀਟ ਦੂਜੇ ਕਮਰੇ 'ਚ ਪਿਆ ਮੀਟ ਤੀਜੇ ਕਮਰੇ 'ਚ ਚਾਂਦੀ ਸਿਆਉਣਾ ਠੀਕ ਹੈ ਇੱਕ ਕਮਰੇ 'ਚ ਪਿਆ ਚਾਂਦੀ ਸਿਆਉਣਾ ਠੀਕ ਹੈ ਚੌਥਾ ਕਮਰਾ ਆ ਗਿਆ ਉਹ 'ਚ ਪਰਾਈ ਔਰਤ ਪਈ ਆ ਇੱਕ ਕਮਰੇ 'ਚ ਬੈਠੀ ਹੈ ਪਰਾਈ ਇਸਤਰੀ ਬਸ ਠੀਕ ਠੀਕ ਹੈ ਵੀ ਚਾਰਾਂ ਦੇ ਵਿੱਚੋਂ ਪਈ ਪਈ ਇੱਕ ਚੀਜ਼ ਚੱਕਣੀ ਕਿਹੜੀ ਚੱਕੀਗਾ ਠੀਕ ਹੈ ਜੀ ਜੇ ਚੱਕਿਆ ਸੋਨਾ ਚਾਂਦੀ ਫਿਰ ਕਹਿਣਗੇ ਚੋਰ ਆ ਇਹ ਜੇ ਪਰਾਈ ਇਸਤਰੀ ਕੋਲ ਗਿਆ ਫਿਰ ਕਹਿਣਗੇ ਭੈਣੇ ਤੀਵੀਂ ਬਾਜਾ ਮੀਟ ਪੰਕਲਾ ਖਾ ਨਹੀਂ ਸਕਦੇ ਦਾਰੂ ਆਪਣ ਕੀ ਕਹਿੰਦੇ ਦਾਰੂ ਤਾਂ ਪੀਂਦੇ ਸਾਰੇ ਹਾਂ ਇਹ ਕਹਿੰਦੇ ਹੋਣਗੇ ਦਾਰੂ ਪੀਵੇ ਪਹਿਲਾਂ ਫਿਰ ਮੀਟ ਖਾਵੇ ਫਿਰ ਤੀਵੀਂ ਕੋਲ ਜਾਵੇ ਫਿਰ ਸੋਨਾ ਚਾਂਦੀ ਦੇਵੇ ਠੀਕ ਆ ਜਵਾਬ ਆ ਗਿਆ ਠੀਕ ਹੈ ਆ ਗਿਆ ਜਵਾਬ ਜੀ ਦੇਖੋ ਜੀ ਸਾਰਿਆਂ ਨਾਲ ਪਹਿਲਾਂ ਕੀ ਕਰੂੰਗਾ ਪਹਿਲਾਂ ਲਾਉਣ ਦੋ ਪੈਗ ਠੀਕ ਹੈ ਬਾਬੇ ਦੋ ਪੈਗ ਲਾ ਕੇ ਫਿਰ ਮੀਟ ਖਾਂਦੇ ਹੁੰਦੇ ਆਪਾਂ ਠੀਕ ਆ ਮੀਟ ਖਾ ਕੇ ਫਿਰ ਆਪਾਂ ਸੋਨਾ ਚਾਂਦੀ ਚੱਕ ਹੀ ਲਵਾਂਗੇ ਫਿਰ ਤੀਵੀਂ ਤੂਵੀਂ ਤੇ ਪਾਉਣਾ ਪਊਗਾ ਠੀਕ ਆ ਇਹ ਐਂ ਕਹਿੰਦੇ ਬੇਬੇ ਵੀ ਦਾਰੂ ਪੀਵੇ ਤੇ ਕਮਾ ਕੇ ਮੇਰੀ ਕੁੜੀ ਦੇ ਹਾਰ ਹੂਰ ਪਾਵੇ ਸੋਨਾ ਚਾਂਦੀ ਇਹ ਸਮਝ ਗਿਆ ਜੀ ਠੀਕ ਹੈ ਆਪ ਜਵਾਬ ਹੈ ਤੁਹਾਡੇ ਜੀ ਠੀਕ ਹੈ ਬਾਬੇ ਹਾਂ ਠੀਕ ਓਕੇ ਨਾ ਜਵਾਬ ਠੀਕ ਹੈ ਦੇਤਾ ਤੁਹਾਡਾ ਜਵਾਬ ਇੱਕ ਕੰਮ ਕਰਨਾ ਇੱਕ ਗਿਆ ਤੈਨੂੰ ਇੱਕ ਕਰਨਾ ਹਾਂ ਤੂੰ ਚਾਰ ਹੀ ਕਰੀ ਜਾਂਦਾਗਾ ਫਿਰ ਇੱਕ ਕੰਮ ਤੇ ਫਿਰ ਦਾਰੂ ਪੀ ਕੀ ਹੋ ਸਕਦਾ ਫਿਰ ਦਾਰੂ ਪੀ ਠੀਕ ਹੈ ਦਾਰੂ
ਨਹੀਂ ਕਾਕਾ ਜੀ, ਦਾਰੂ ਪੀ ਕੇ ਨੀ। ਉਹ ਠੀਕ ਠੀਕ ਹਾਂ, ਦਾਰੂ ਪੀ ਕੇ ਨੀ। ਜੇ ਤੂੰ ਮੀਟ ਖਾਂਦਾ ਨਾ, ਮੀਟ ਖਾ ਕੇ ਕੰਮ, ਦਾਰੂ ਪੀ ਕੇ ਤਾਂ ਤੂੰ ਚਾਰੇ ਕੰਮਾਂ ਚ ਪੈ ਜਾ। ਜੇ ਤੂੰ ਦਾਰੂ ਚੱਕੀ ਆ ਕਾਕਾ, ਜੇ ਤੂੰ ਦਾਰੂ ਪੀ ਲਈ, ਦਾਰੂ ਪੀ ਲਈ, ਜਦੋਂ ਤੂੰ ਦੋ ਪੈਕ ਲਾ ਕੇ ਤੇਰੇ ਅੰਦਰ, ਫਿਰ ਤੂੰ ਕਹਿੰਦਾ ਮੀਟ ਵੀ ਲਾਈ ਖਾਈ ਲੱਗੇ। ਹਾਂ ਹਾਂ ਠੀਕ ਆ, ਜੇ ਤੂੰ ਮੀਟ ਖਾ ਲਿਆ ਫਿਰ ਤੇਰੇ ਬਾਅਦ ਚਿੱਤ ਕਹੂਗਾ, ਜਦੋਂ ਪਰਾਈ ਇਸਤਰੀ ਕਿਹਾ ਗਿਆ ਫਿਰ ਵੀ ਕਹੀਆਂ ਚੱਲ ਲੱਤਾਂ ਲੁੱਤਾਂ ਘਟਾ ਲਈ, ਤੇ ਫਿਰ ਉਹ ਤੋਂ ਬਾਅਦ ਫਿਰ ਕਹੀਆਂ ਲੈ ਕੀ ਛੱਡਣਾ ਕੀ ਆਪਾਂ, ਜਿਵੇਂ ਸਿਆਉਣਾ ਚਾਹੁੰਦੀ ਚੱਕ ਲੈਂਦੇ ਹਾਂ, ਕੱਲੋਂ ਜ਼ਮੀਨ ਹੋਰ ਬਣਾ ਲਾਂਗੇ। ਹਾਂ ਇਹ ਤਾਂ ਠੀਕ ਆ, ਪਰ ਠੀਕ ਆ, ਮੈਂ ਉਹ ਚੱਕੂਗਾ ਕੀ ਨਾ, ਸੋਨਾ ਚਾਹੁੰਦੀ ਚੱਕੂਗਾ। ਠੀਕ ਆ ਬਾਬੇ, ਚਾਰੇ ਕੰਮ ਹੋ ਗਏ, ਚਾਰੇ ਕੰਮ ਹੋ ਗਏ। ਇਹ ਤਾਂ ਤੈਨੂੰ ਇੱਕ ਸਵਾਲ ਪਾਇਆਗਾ, ਮੇਰਾ ਕਹਿਣ ਦਾ ਮਤਲਬ ਇਹ ਹੈ, ਜੇ ਤੂੰ ਪਹਿਲੀ ਕੱਲਾ ਮੀਟ ਖਾ ਲੈਂਦਾ ਨਾ, ਤਾਂ ਚੁੱਪ ਕਰਕੇ ਪੈ ਜਾਂਦਾ। ਉਹ ਜੀ ਇਹ ਚ ਚਾਰੇ ਕੰਮ ਕਰਤੇ, ਵਧੀਆ ਕੰਮ ਹੈ ਸੱਚ। ਇਹ ਗੱਲਾਂ ਤੁਸੀਂ ਕਿੱਧਰ ਲੈ ਕੇ ਗਏ ਪਾਗੇ ਜੀ? ਮੇਰੇ ਸਵਾਲਾਂ ਜਵਾਬ ਦਿਓ, ਫਿਰ ਰਿਸ਼ਤਾ ਕਰੂੰਗਾ ਮੈਂ, ਰਿਸ਼ਤਾ ਕਰਦਾ ਗੁਰਦਾ। ਇਹਦੇ ਚ ਮੇਰੇ ਸਵਾਲਾਂ ਜਵਾਬ ਹੀ ਹੈ ਨੀ, ਹਨਾ ਬਾਬੇ? ਹੋਰ ਕੀ, ਤੇਰੇ ਸਵਾਲਾਂ ਜਵਾਬ ਤਾਂ ਆਪੇ ਇਹਦੇ ਚ ਹੁੰਦਾ, ਜੇ ਤੂੰ ਇੱਕ ਕੰਮ ਕਰਦਾ, ਤੂੰ ਤਾਂ ਚਾਰੇ ਕੰਮ ਕਰਤੇ। ਮੇਰੀ ਗੱਲ ਸੁਣ, ਜਿਹੜਾ ਬੰਦਾ ਪਹਿਲਾਂ ਦਾਰੂ ਪੀਊਗਾ, ਹਾਂ ਉਹ ਮੀਟ ਖਾਊਗਾ, ਹਾਂ ਖਾਊਗਾ ਖਾਊਗਾ ਨਹੀਂ, ਹਾਂ ਖਾਊਗਾ। ਜੇ ਤਾਂ ਪਰਾਈ ਇਸਤਰੀ ਬੈਠੀ ਕੋਲ, ਉਹਦੇ ਵੇ ਬੰਦੇ ਦਾ ਕਹਦਾ ਉਹ ਕਰੂਗਾ, ਚਲ ਮੈਂ ਪੈਰ ਘਟਾਣਾ ਤਾਂ ਘਟਾਣਾ। ਹਾਂ ਹਾਂ ਠੀਕ ਹੈ, ਫਿਰ ਸਿਆਉਣਾ ਚਾਹੁੰਦੀ ਵੀ ਚੱਕੂਗਾ, ਹਾਂ ਪਤੀ ਵੀ ਮੰਗੂਗੀ। ਹਾਂ ਠੀਕ ਹੈ ਠੀਕ ਹੈ, ਤੇ ਫਿਰ ਜੇ ਤੂੰ ਪਹਿਲੀ ਮੀਟ ਖਾ ਲਿਆ ਕੱਲਾ, ਤੇ ਮੀਟ ਖਾ, ਜੇ ਕੱਲਾ ਤੂੰ ਮੀਟ ਖਾਂਦਾ ਤੇ ਮੀਟ ਖਾ ਕੇ ਬੰਦਾ ਆਰਾਮ ਨਾਲ ਪੈ ਜਾਂਦਾ, ਆ ਦੂਜੇ ਕੰਮ ਨਹੀਂ ਹੁੰਦੇ। ਮਤਲਬ ਕੀ ਕਹਿਣ ਦਾ ਮਤਲਬ ਇਹ ਹੈ, ਜਿਹੜਾ ਬੰਦਾ ਦਾਰੂ ਪੀਂਦਾ, ਦਾਰੂ ਬਰਬਾਦੀ ਹੈ। ਠੀਕ ਹੈ ਬੇਬੇ, ਇਹ ਸਾਰੇ ਕੰਮ ਜਿਹੜੇ ਕਰਾਇਆ ਨਾ, ਦਾਰੂ ਕਰਾਉਂਦੀ ਹੈ। ਠੀਕ ਹੈ ਠੀਕ, ਜੇ ਤੂੰ ਦਾਰੂ ਪੀ ਲਈ ਤਾਂ ਸਾਰੇ ਕੰਮ ਕਰੇਗਾ, ਜੇ ਤੂੰ ਕੱਲਾ ਮੀਟ ਖਾ ਲਿਆ ਤਾਂ ਹੋਰ ਕੰਮ ਨਹੀਂ ਕਰਦਾ, ਮੀਟ ਖਾ ਕੇ ਕੱਲਾ ਚੁੱਪ ਕਰਕੇ ਪੈ ਜਾਏਗਾ। ਠੀਕ ਹੈ ਠੀਕ, ਦਾਰੂ ਤਾਂ ਘਰ ਬਰਬਾਦ ਕਰ ਦਿੰਦੀ ਹੈ। ਹਾਂ ਬੇਬੇ, ਤੂੰ ਪਹਿਲਾਂ ਕਿਉਂ ਦੱਸਿਆ ਮੈਨੂੰ ਇਹ ਚੀਜ਼ ਹੈ ਇਹਦੇ ਚ? ਬਾਕੀ ਰਹਿ ਗਈ ਤੇਰੇ ਸਵਾਲਾਂ ਦੀ ਗੱਲ। ਹਾਂ ਮੇਰੇ ਆਮ ਮੇਨ ਮੁੱਦਾ ਤਾਂ ਇਹ ਦੱਸੋ। ਹਾਂ ਮੇਨ ਮੁੱਦਾ ਇਹ ਆ, ਤੇਰੇ ਸਵਾਲਾਂ ਜਵਾਬ ਤਾਂ ਸਾਡੇ ਕੋਲ ਹੈਗਾ ਗਾ, ਉਹ ਤਾਂ ਜਨਾਨੀ ਹੈ ਤੇਰੇ ਸਵਾਲਾਂ ਜਵਾਬ। ਜਨਾਨੀ ਉਹ ਕਿਵੇਂ? ਉਹ ਐਂਗਾ, ਜੇਕਰ ਜਨਾਨੀ ਕੰਮ ਵਾਲੀ ਆ, ਪਹਿਲੀ ਗੱਲ ਉਹਨੂੰ ਸੀਲ ਰੱਖਣ ਦੀ ਲੋੜ ਹੀ ਨਹੀਂ ਪੈਂਦੀ। ਜੇ ਕੰਮ ਮੰਨ ਕੇ ਜੇ ਆਪਾਂ ਰੱਖ ਵੀ ਲਿਆ, ਜੇ ਕੰਮ ਕੱਖ ਪੱਠਾ ਪਾ ਦੋ ਤਾਂ ਵੀ ਠੀਕ ਹੈ, ਨਾ ਪਾਓ ਤਾਂ ਵੀ, ਉਹ ਆਪ ਹੀ ਪਾਲੂਗੀ। ਠੀਕ, ਕੰਮ ਵਾਲੇ ਹੋਈ, ਬਾਕੀ ਗੱਲ ਰਹੀ ਜ਼ਮੀਨ ਵਾਲੀ, ਤੇ ਜੇ ਭਾਈ ਜਨਾਨੀ ਚੰਗੀ ਹੋਈ, ਕੰਮ ਕਾਰ ਵਾਲੇ ਹੋਈ, ਤੇਰੇ ਨਾਲ ਆਪ ਹੀ ਜਾ ਕੇ ਖੇਤ ਮਦਦ ਦਵਾਓ ਕੰਮ ਕਰੂਗੀ, ਜ਼ਮੀਨ ਵੀ ਜਦੋਂ ਬੰਦਾ ਕੰਮ ਕਰੂਗਾ ਤਾਂ ਭਾਈ ਜ਼ਮੀਨ ਵੀ ਫਿਰ ਚੰਗੀ ਬਣ ਜੂਗੀ। �ਠੀਕ ਠੀਕ ਆ, ਸਮਝ ਗਿਆ ਤੂੰ ਮੇਰੀ? ਹਾਂ ਸਮਝ ਗਿਆ, ਤੇਰੇ ਸਵਾਲ ਦਾ ਜਵਾਬ ਤਾਂ ਇੱਥੇ ਪਿਆ ਗਾ। ਉਹ ਤਾਂ ਮੈਨੂੰ ਪਤਾ ਹੀ ਸੀ, ਬਸ ਠੀਕ ਆ, ਰਿਸ਼ਤਾ ਤਾਂ ਪੱਕਾ ਆਪਾਂ ਦਾ, ਮੇਰੇ ਸਵਾਲਾਂ ਦਾ ਜਵਾਬ ਮਿਲ ਗਿਆ ਤੇ ਰਿਸ਼ਤਾ ਪੱਕਾ। ਠੀਕ ਹੈ, ਰਾਜੀ ਹੋ ਗਿਆ ਹੁਣ ਤੂੰ? ਹਾਂ ਰਾਜੀ। ਤੇ ਇੱਕ ਗੱਲ ਤੈਨੂੰ ਹੋਰ ਦੱਸ ਦਿੰਦਾਗਾ, ਜਿਹੜੀ ਜ਼ਮੀਨ ਮਾੜੀ ਹੋ ਜਾਵੇ ਨਾ, ਉਹਨੂੰ ਵਾੜ ਵੀ ਨਹੀਂ ਕਰਦੇ ਹੁੰਦੇ, ਉਹਨੂੰ ਵਾੜ ਦੀ ਲੋੜ ਹੀ ਨਹੀਂ ਪੈਂਦੀ, ਕਿਉਂ ਜਿਹੜਾ ਪਸ਼ੂ ਹੁੰਦਾਗਾ ਵਿਹਲੇ ਬਾਣ ਚ ਜਾਊਗਾ, ਰੇਹ ਪਾਊਗੀ, ਹੋਰ ਚੰਗੀ ਬਣੂਗੀ ਉਹ। ਹਾਂ ਉਹ ਤਾਂ ਠੀਕ ਹੈ, ਪਰ ਮੇਨ ਗੱਲ ਤਾਂ ਜਨਾਨੀ ਦਾ ਇਹੀ, ਉਹੀ ਮੈਂ ਪੁੱਛਦਾ, ਖਾਨਦਾਨੀ ਦਾ ਇੱਥੋਂ ਪਤਾ ਲੱਗ ਜਾਂਦਾ ਬੇਬੇ, ਇਹ ਖਾਨਦਾਨੀ ਆ। ਚਲ ਠੀਕ ਹੈ ਜੀ, ਰਿਸ਼ਤਾ ਆਪਾਂ ਦਾ ਪੱਕਾ, ਹੁਣ ਤੁਸੀਂ ਦੱਸੋ। ਸਾਡੇ ਵੱਲੋਂ ਹਾਂ ਹੈ ਜੀ, ਤੁਸੀਂ ਦੱਸੋ ਹੁਣ ਅੱਗੇ। ਬੇਬੇ ਇਹ ਗੱਲ ਹੁੰਦੀ ਆ, ਮੇਰਾ ਕਹਿਣ ਦਾ ਮਤਲਬ ਇਹ ਹੈ, ਜੇ ਜਨਾਨੀ ਕੰਮ ਵਾਲੀ ਨਾ, ਸਾਰੇ ਕੰਮ ਆਪਣੇ ਹੋ ਜਾਂਦੇ ਆ। ਜੇ ਮੰਨ ਕੇ ਚੱਲ ਜਿਹੜੀ ਇਹਨੇ ਸਵਾਲ ਪਾਇਆ, ਸਾਨੂੰ ਪਤਾ ਲੱਗ ਜਾਵੇ ਕਿਉਂ ਪਾਇਆ, ਜੇ ਜਨਾਨੀ ਕੰਮ ਨਹੀਂ ਕਰਦੀ, ਸੀਰ ਵੀ ਨਹੀਂ ਕਰਦਾ, ਜੇ ਕੰਮ ਕਰੂ ਭਾਈ ਫੇਰ ਖੇਤਦਾ ਵੀ ਨਾਲ ਕਰਾਊਗੀ, ਖਿੱਚ ਕੇ ਕਰਾਉਂਦੀਆਂ, ਜਿਹਨੇ ਭਾਈ ਜਿਹਨੇ ਆਪਦਾ ਕਹਿੰਦੇ ਘਰ ਵਧਾਉਣਾ ਹੁੰਦਾ, ਭਾਈ ਜਿਹਨੇ ਕਰਨੀ ਆਵਾ ਉਹ ਸਾਰਾ ਕੰਮ ਹੀ ਫੇਲ ਹੋ ਜਾਂਦਾ, ਜਿਹੜਾ ਘਰ ਹੁੰਦਾ ਨਾ ਤੀਵੀਂ ਦੇ ਸਿਰ ਤੇ ਹੁੰਦਾ, ਤੀਵੀਂ ਦੇ ਸਿਰ ਤੇ ਹੁੰਦਾ। ਠੀਕ ਹੈ ਨਾ, ਕਹਿੰਦੇ ਹੁੰਦੇ ਆ ਸਿਆਣੇ ਕਿ ਨੌ ਮਰਦਾਂ ਦੇ ਘਰ ਬੁੜੀਆਂ ਦੇ, ਐਂ ਕਹਿੰਦੇ ਹੁੰਦੇ ਆ। ਜੇ ਇੱਕ ਤੈਨੂੰ ਹੋਰ ਗੱਲ ਦੱਸਦਾਗਾ, ਜੇ ਤੀਵੀਂ ਮਾੜੀ ਮਿਲ ਜੇ ਨਾ ਬੰਦੇ ਨੂੰ, ਜਦੋਂ ਆਪਾਂ ਲੜ ਪੈਣੇ ਨੇ, ਉਹਦਾ ਪਾਸਾ ਫਟ ਜੇ ਤਾਂ ਚੰਗੀ ਗੱਲ ਰਹਿੰਦੀ ਹੈ, 4 ਮਹੀਨੇ 6 ਮਹੀਨੇ ਪਾਸਾ ਫਟ ਜੇ ਕਲੇਸ਼ ਨਹੀਂ ਪੈਂਦਾ, ਤੇ ਨਹੀਂ ਤੈਨੂੰ ਪਤਾ ਹੀ ਆ, ਜੇ ਉਧਰ ਉਹ ਬੋਲੇ ਜਾਂਦੇ ਆ, ਉਧਰ ਆਪਾਂ ਬੋਲੇ ਜਾਵਾਂਗੇ, ਤਾਂ ਕਲੇਸ਼ ਵੱਧਦਾ ਹੁੰਦਾਗਾ।
ਮਰਨ ਮਰਨ ਤੇ ਹੋ ਜਾਂਦਾ ਕੰਮ ਦਾ ਫਿਰ ਮਰਨ ਤੇ ਹੋ ਜਾਂਦਾ ਚੰਗਾ ਬਣਦਾ ਹੁੰਦਾ ਜਿਹੜਾ ਪਾਸਾ ਵੱਟ ਜਾਂਦਾ ਹੁੰਦਾ ਪਾਸਾ ਵੱਟਣ ਕੋਈ ਜਾਈ ਨਹੀਂ ਹੁੰਦੀ ਪਾਸਾ ਵੱਟਣ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਟਾਲਾ ਹੋ ਜਾਂਦਾ ਕਲੇਸ਼ ਨੂੰ ਹਾਂ ਉਹ ਤੋਂ ਮਤਲਬ ਇਹ ਹੁੰਦਾ ਕਿ ਉਹ ਤੋਂ ਟਾਲਾ ਕਰ ਲੇ ਬੰਦਾ ਹਾਂ ਵਧੀਆ ਰਹਿੰਦਾ ਹਾਂ ਹੁਣ ਤੁਸੀਂ ਦੱਸੋ ਭਾਈ ਕਿਵੇਂ ਕਰਨਾ ਹੈਗਾ ਸਾਡੀ ਤਾਂ ਹਾਂ ਇਹ ਤੁਸੀਂ ਦੱਸੋ ਸਾਡੀ ਤਾਂ ਤੁਹਾਡੀ ਹਾਂ ਗਈ ਤਾਂ ਭਾਈ ਫਿਰ ਸਾਡੀ ਵੀ ਹਾਂ ਗਈ ਠੀਕ ਦੇਖ ਲਓ ਜੀ ਤੁਸੀਂ ਵੀ ਹੁਣ ਦੱਸ ਦਿਓ ਬਸ ਹਾਂ ਕਰਤੀ ਤਾਂ ਇਹਨਾਂ ਨੇ ਕਰਤੀ ਬਸ ਬਸ ਠੀਕ ਹੈ ਜੀ ਸਾਡੇ ਬੰਨੇ ਵੀ ਹਾਂ ਜੀ ਚਲੋ ਠੀਕ ਹੈ ਚੰਗੀ ਗੱਲ ਹੈ ਹੋਰ ਦੱਸੋ ਰੋਟੀ ਰੋਟੀ ਤਿਆਰੀ ਕਰ ਗਈ ਨਾ ਕਾਹਦੇ ਲੋੜ ਨਹੀਂ ਜੀ ਹੁਣ ਤਾਂ ਜੀ ਕਾਹਦੇ ਲੋੜ ਨਹੀਂ ਬਸ ਹੁਣ ਤੁਸੀਂ ਆ ਦਿਨ ਕਿਹੜਾ ਕਿ ਸਾਨੂੰ ਦੱਸ ਦਿਓ ਠੀਕ ਹੈ ਤੇ ਉਸ ਹਾਵਨਾ ਭਾਈ ਤੁਸੀਂ ਆ ਦਾ ਉਹ ਕਰ ਲਿਓ ਤੇ ਹੁਣ ਅਸੀਂ ਆਉਂਦਾ ਜਾਂਦੇ ਆ ਠੀਕ ਹੈ ਠੀਕ ਹੈ ਠੀਕ ਹੈ ਮੁੰਡੇ ਚਲੋ ਠੀਕ ਆ ਸਾਡੇ ਬਾਪੂ ਕਿੱਧਰ ਭੱਗ ਗਿਆ ਬਾਪੂ ਦਿੱਤੀ ਬਸ ਅਠਲ ਤੇ ਗਿਆ ਮਾੜੇ ਮੋਟੇ ਤਨ ਬਾਹਰ ਇੱਥੇ ਬਾਹਰ ਜਾ ਕੇ ਖੁੰਡਾ ਜਾਂ ਤੇ ਉਹ ਬੁੜਾ ਜਿਹਾ ਕੋਲੇ ਉਹਦਾ ਹੱਥ ਤਾਂ ਕਮੀ ਇਹਦਾ ਨਾ ਗੱਲ ਹੋਵੇ ਨਾ ਬਾਤ ਹੋਵੇ ਚਲ ਬੇਬੇ ਉਮਰ ਦੇ ਸਾਹ ਨਾਲ ਹੁੰਦਾ ਛੋਟੇ ਨਾਲ ਉਮਰ ਵੱਡੀ ਆ ਦੀ 20 ਸਾਲ ਵੱਡਾ ਮੇਰੇ ਪਿਓ ਗਰੀਬ ਸੀਗੇ ਮੇਰੇ ਪਿਓ ਤਾਂ ਦੇਖਿਆ ਨਹੀਂ ਕੁਝ ਵਾਸਤਾ ਨਹੀਂ ਬਸ ਮੈਨੂੰ ਘਰੋਂ ਦਫਾ ਕਰਤਾ ਦੇਖਿਆ ਨਹੀਂ ਵੀ ਕਿੰਨੀ ਉਮਰ ਹੈ ਜਿਹੜੇ ਸਾਹ ਨਾਲ ਤੂੰ ਗੱਲਾਂ ਦਸੀਆਂ ਨੇ ਬੇਬੇ ਉਹ ਤਾਂ ਫਿਰ ਕਹੀਂਗੇ ਕੀ ਦੇਖਣਾ ਭਾਈ ਤੁਸੀਂ ਇੱਥੇ ਰੇਤਾ ਦੇਖਣਾ ਹੋ ਕੀ ਕਰਨਾ ਹੈ ਉਸ ਹਾਵ ਨਾਲ ਤਾਂ ਫਿਰ ਬਾਪੂ ਨੇ ਤੈਨੂੰ ਗੋਦ ਹੀ ਲੈਤਾਗਾ ਬਸ ਐਂ ਸਮਝ ਲਾ ਸਮਝਣਾ ਕੀ ਹੈ ਉਹ ਤਾਂ ਦੇਖ ਹੀ ਲਿਆ ਜੋ ਤੁਸੀਂ ਕਹਿੰਦੇ ਹੋ 20 ਸਾਲ ਵੱਡਾ ਹੈ ਤੇ ਹੋਰ ਚਾਹ ਪੀਂਦਾ ਤੇ ਮੈਂ ਪੈਰ ਤੇ ਪੈਦਾ ਨਹੀਂ ਅੱਜ ਭਾਂਡਾ ਡਿੱਗ ਪੈਂਦਾ ਉਹ ਫਿਰ ਉਹ ਜਦੋਂ ਉਮਰ ਇੰਨੀ ਹੋਈ ਹੈ ਤਾਂ ਹੀ ਅਸੀਂ ਕਾਲ ਕਰਦੇ ਹਾਂ ਮੇਰਾ ਮੁੰਡਾ ਕੋਈ ਬਾਹਲੀ ਵੱਡੀ ਉਮਰ ਦਾ ਨਹੀਂ ਐ ਆਦੀ ਆ ਵੀ ਉਹ ਤਾਂ ਜਿਉਂਦੇ ਜਿਉਂਦੇ ਇਹਨੂੰ ਵਿਆਹ ਲਾ ਇਹ ਤਾਂ ਹੁਣ ਦੇਖੇ ਪਹਿਲਾਂ ਜਦੋਂ ਆਪਣੀ ਉਹ ਇੱਕ ਕੁੜੀ ਵੇਖੇ ਦੂਜੀ ਮਾਂ ਉਹਦੇ ਰਿਆ ਉਦੋਂ ਵੀ ਇਹ ਤਾਂ ਸੋਤਾ ਚਲ ਉਹਦੇ ਮਨ ਚ ਨਹੀਂ ਜਾਊਗਾ ਮੈਂ ਮੁੰਡੇ ਦਾ ਵਿਆਹ ਨਹੀਂ ਹੋਇਆ ਮੇਰੇ ਨਾਲ ਚਲ ਹੁੰਦੇ ਹੀ ਬੱਚੇ ਬਸ ਆ ਕਾਲ ਉਹਦੇ ਬੈਠੇ ਬੈਠੇ ਹੋ ਜਾਊਗਾ ਔਰ ਮੇਰਾ ਮੁੰਡਾ ਸਾਊ ਬਧੇਰਾ ਬਹੁਤ ਸਿਆਣਾ ਕੋਈ ਇਹਦੇ ਬਿਨੇ ਮੈਨੂੰ ਫਿਕਰ ਚਲੋ ਠੀਕ ਆ ਜੀ ਫਿਰ ਠੀਕ ਆ ਜੀ ਤੈਨੂੰ ਕਢਾ ਕੇ ਦੱਸ ਦਿਓ ਹਾਂ ਜੀ ਠੀਕ ਹੈ ਵਧੀਆ ਹੋ ਗਿਆ ਹੁਣ ਤਾਂ ਖੁਸ਼ ਹੈ ਹਾਂ ਖੁਸ਼ ਹਾਂ ਬੇਬੇ ਮੈਂ ਕਿੰਨੇ ਕੁ ਦਿਨਾਂ ਦਾ ਆਪਾਂ ਇਹਨਾਂ ਨੂੰ ਕਹਿ ਦਈਏ ਤਿਆਰੀ ਵੇਰੀ ਕਰ ਲਈਏ ਫਿਰ ਆਪਾਂ ਬਸ ਕਦੋਂ ਮਰਜ਼ੀ ਦੇਖ ਲਓ ਕਦੋਂ ਪੰਡਤ ਜਾਂ ਬਾਬਾ ਕੱਢ ਦੂ ਗੁਰਦੁਆਰੇ ਜਾਇਆ ਤੇ ਦਿਨ ਕੱਢ ਦੂ ਬਸ ਕਰ ਲਾਂਗੇ ਹਾਂ ਹਨ ਕਢਾਰੀਏ ਤਕਰੀ ਜ ਹਾਂ ਠੀਕ ਹੈ ਚੰਗਾ ਹੁਣ ਜਾ ਆਈ ਗੁਰਦੁਆਰੇ ਤੋਂ ਹਾਂ ਜਾਊਂਗੀ ਆਜੋ ਜੀ ਆਜੋ ਚਲੋ ਅੱਜ ਤਾਂ ਆਪਣੀ ਰਕਾਨ ਵੀ ਹੋ ਜੱਕੀ ਬੈਠੀ ਲੈ ਲੈ ਬਰਫੀ ਨਾਲ ਪਿਆਈ ਸੀ ਉਹਨਾਂ ਨੇ ਚਾਹ ਕੀ ਬਣੇ ਤੁਹਾਡੇ ਸਵਾਲਾਂ ਸਵੂਲਾਂ ਦਾ ਉਹ ਆਪਣੇ ਨਾ ਉਹ ਆਏ ਸੀਗੇ ਜੋੜੀਆਂ ਵਾਲੇ ਇੰਨੀ ਜੋੜੀ ਹੁੰਦੀ ਹੈ ਪੀਕਅਪ ਭਰ ਕੇ ਲੈ ਕੇ ਮੈਨੂੰ ਕਹਿੰਦੇ ਸੀ ਵੀ ਦੇਖ ਲੈ ਕੁੜੀਏ ਆ ਗਏ ਹੋ ਹਾਂ ਪਾਣੀ ਪਿਆਤਾ ਸੀਗਾ ਕਹਿੰਦੇ ਸੀਗੇ ਵੀ ਦੇਖ ਲੈ ਕੁੜੀ ਵੀ ਵਧੀਆ ਨੇ ਜੋੜੀਆਂ ਮੈਂ ਮੇਰੇ ਡੈਡੀ ਦੇਖ ਲੂ ਬਸ ਆਪੇ ਚਾਹ ਬਣਾਤੀ ਸੀ ਕਿ ਨਾ ਚਾਹ ਨੀ ਬਣਾਈ ਕਹਿੰਦੇ ਪੀਂਦੇ ਨੀ ਹੈਗੇ ਜਿਹੜੇ ਮੇਰੇ ਸਰ ਆਣਗੇ ਉਹਨਾਂ ਦੇ ਵੀ ਉੱਡੀ ਕੋਠੀ ਹੋਣੀ ਚਾਹੀਦੀ ਹੈ ਫਿਰ ਉਹਨਾਂ ਦੇ ਵੀ ਬਥੇਰੀ ਵੱਡੀ ਕੋਠੀ ਹੈਗੀ ਰੰਗ ਵਿੱਚ ਹੀ ਪਾ ਦਾਂਗੇ
ਨਹੀਂ ਇੱਕ ਰੰਗੀ ਸੋਹਣੀ ਲੱਗਦੀ ਹੁੰਦੀ ਆ, ਤਾਂ ਕੀ ਤੂੰ ਮੱਤ ਲੈ ਲਈ, ਨਾਲੇ ਸਾਰਾ ਉਧੜ ਜਾਊਗਾ। ਚੱਲ ਚੱਲ, ਨਾਲੇ ਮੈਨੇ ਐਸ ਕੱਪੜੇ ਕੁੱਪੜੇ ਧੋਤੇ। ਮੰਮੀ ਮੈਨੂੰ ਸਾਰਾ ਕੁਛ ਆਉਂਦਾ, ਤੂੰ ਸਾਰਾ ਦਿਨ ਜਵਾਕਾਂ ਮੰਗ, ਮੈਨੂੰ ਉਵੇਂ ਝੜਕਦੀ ਰਹਿਣੀ ਆ, ਮੈਂ ਰੁੱਸ ਕੇ ਬਹਿ ਜਾਊਂਗੀ। ਮੈਂ ਕੱਪੜੇ ਵੀ ਧੋਤੇ, ਦੇ ਉੱਪਰ ਸੁੱਕਣੇ ਪਾਏ ਪੈਣੇ, ਦਿਖਦੇ ਨੇ ਦਿਖਦੇ ਨੇ। ਸਾਰੇ ਕੰਮ ਕਰਤੇ ਮੈਂ, ਰੋਟੀ ਰੋਟੀ ਸਾਰਾ ਕੁਝ ਬਣਿਆ ਪਿਆ। ਉਹਨੇ ਖੁੰਜੇ ਚ ਕੱਢਦਾ ਨੀ ਹੁੰਦੀਆਂ ਰੋਟੀਆਂ ਦੇ, ਗੋਲ ਗੋਲ ਬਣਾ ਲਿਆ ਘਰ। ਉਹ ਤਾਂ ਮੈਂ ਪਹਿਲਾਂ ਜਾਣ ਕੇ ਬਣਾ ਲੈਂਦੀ ਸੀ ਵੀ ਤੂੰ ਮੈਨੂੰ ਕਹੇ ਨਾ, ਰੋਜ਼ ਰੋਜ਼ ਕਹਿ ਦਿੰਦੀ ਸੀ ਤਿੰਨ ਟਾਈਮ ਰੋਟੀ ਬਣਾਉਣ ਨੂੰ। ਅੱਛਾ ਵੀ ਮੈਂ ਰੋਟੀ ਤੋਂ ਖੜਾ ਸੁੱਟ ਜੂ ਮੇਰਾ। ਆਦੀ ਮਾਂ ਨਾਲ ਹੀ ਇਹੋ ਜਿਹੀਆਂ ਟਿਚਰਾਂ ਕਰਦੀ ਰਹਿੰਦੀ। ਹੁਣ ਨਹੀਂ, ਹੁਣ ਤਾਂ ਮੈਂ ਗੋਲੀ ਬਣਾਉਣੀ ਆ, ਦੇਖ ਲੈ ਜਾ ਕੇ ਡੱਬੇ। ਸੱਸ ਕੋਈ ਨਾ ਲੱਗ ਜੀ ਇਹੋ ਜਿਹੀਆਂ ਟਿਚਰਾਂ ਕਰਨ, ਅਗਲੀ ਕਹਿ ਦੂਗੀ ਪੁੱਡਰ ਨੇ ਕੁਛ ਸਿਖਿਆ ਵੀ ਨੀ। ਐਂ ਕਿਵੇਂ ਕਹਿ ਦੂਗੀ, ਲੋ ਤਾਂ ਕਹੂਗੀ, ਤੂੰ ਕਹਿੰਦਾ ਮੂੰਹ ਫੜ ਲੇਂਗੀ। ਮੈਂ ਸਹੀ ਰੋਟੀਆਂ ਬਣਾਇਆ ਕਰੂੰ, ਗੋਲ ਗੋਲ ਚੈੱਕ ਕਰ ਲੈ ਚਾਹੇ। ਹੁਣ ਨਾ ਸੋਹਣਾ ਸੋਹਣਾ ਕੰਮ ਕਰਿਆ ਕਰ ਵਧੀਆ, ਝਾੜੂ ਪੋਚਾ ਸਾਰਾ ਉੱਠ ਕੇ ਤੜਕੀ ਕੰਮ ਕਰ ਲਿਆ ਕਰੀ, ਕਿਤੇ ਇੱਥੇ ਸਾਨੂੰ ਗਾਲਾਂ ਦਵਾਈ ਜਾਇਆ ਕਰੇ। ਤੁਹਾਨੂੰ ਕਦੋਂ ਗਾਲਾਂ ਕੱਢਣਗੇ ਕੰਮ ਜੇ ਮੈਂ ਘੱਟ ਕਰੂੰਗੀ? ਮੈਨੂੰ ਪਤਾ 12 ਵਜੇ ਤੱਕ ਪਈ ਰਹਿੰਦੀ ਆ, ਹੁਣ ਆਈ ਕਹਿੰਦੀ ਤੈਨੂੰ ਉੱਠ ਖੜਿਆ ਕਰਸਦੇ ਹਾਂ। ਚੰਗਾ, ਸਾਰਾ ਕੁਛ ਆਉਂਦਾ ਮੰਮੀ, ਸਾਰਾ ਕੁਛ ਆਉਂਦਾ ਮੈਨੂੰ, ਹਰੇਕ ਕੰਮ ਆਉਂਦਾ। ਤੂੰ ਤਾਂ ਫਿਰ ਉਹੀ ਨੀ ਮੇਰਾ ਘੜਾ ਝੜਦੀ, ਰੋਟੀ ਸਬਜ਼ੀ ਝਾੜੂ ਭਾਂਡੇ ਸਾਰਾ ਕੁਛ ਤਾਂ ਆਉਂਦਾ। ਕੌਣ ਮੱਥਾ ਮਾਰੇ, ਮਾਂ ਦਾ ਤਾਂ ਫਰਜ਼ ਹੁੰਦਾ ਸਮਝਾਉਣ ਦਾ। ਚੰਗਾ ਮੈਂ ਸਮਝ ਗਈ, ਸਮਝ ਗਈ। ਤੇ ਮੈਂ ਹੁਣ ਦੇਖਦੀ ਹਾਂ ਰਸੋਈ ਮਾੜਾ ਮੋਟਾ ਕੀਤਾ ਕਿ ਨਾ, ਜਿਵੇਂ ਸੱਡ ਗਈ ਸੀ ਉਵੇਂ ਤਾਂ ਨੀ ਪਈ। ਦੇਖ ਲੈ ਚਿੱਟੀ ਗੱਡੀ ਪਈ ਆ, ਗੈਸ ਪਤਾ ਕਿੰਨੀ ਕਿੰਨੀ ਉੱਲੀ ਤਾਰੀ ਆ ਮੈਂ ਗੈਸ ਤੋਂ ਅੱਜ। ਕਿੰਨੀ ਮਨ ਪੱਕੀ ਕੌਣ ਮੱਤ ਦੇਵੇ, ਨੀ ਉੱਲੀ ਨੀ ਹੁੰਦੀ, ਉਹ ਕਾਲਸ ਹੁੰਦੀ ਹੈ। ਹਾਂ ਫਿਰ ਮੰਮੀ ਤੂੰ ਕਿਹੜਾ ਕਦੇ ਕਾਲਸ ਤਾਰੀ, ਅੱਜ ਮਨ ਪੱਕੀ ਕਾਲਸ ਤਾਰਤੀ ਮੈਂ ਗੈਸ। ਉਧਰ ਤਾਂ ਮਿਸਤਰੀ ਲੱਗ ਰਹੇ ਨੇ, ਮਾਂ ਨੂੰ ਕਿੱਥੇ ਟਾਈਮ ਮਿਲ ਜੂ ਸਿਰ ਖੋਟਣ ਨੂੰ, ਤਾਂ ਵੇਲ ਨੀ ਹੈਗੀ ਮਾਂ ਨੂੰ। ਦੇਖ ਲਾ ਹੁਣ ਕਿੰਨਾ ਸੋਹਣਾ ਘਰ ਕਰਤਾ ਮੈਂ, ਤੇ ਝਾੜੂ ਲਾਇਆ ਉਰੇ। ਤੈਨੂੰ ਘਰੇ ਪਤਾ ਲੱਗੇ ਕੰਮ ਦਾ, ਚੱਲ ਮੈਂ ਦੇਖਦੀ ਹਾਂ ਰਸੋਈ ਕਿੰਨੀ ਕੁ ਸਫਲ ਚਲਕਿਆਈ ਹੋਈ ਹੈ ਤੇਰੀ ਅੱਜ। ਦੇਖ ਲੈ ਦੇਖ ਲੈ। ਰੀਤ। ਹਾਂਜੀ ਬੇਬੇ। ਉਰੇ ਆ ਪੁੱਤ। ਹਾਂਜੀ। ਉਤ ਮਿੱਠਾ ਆਟਾ ਗੁੰਨਿਆ ਪਿਆ। ਠੀਕ ਹੈ। ਤੇ ਰੋਟੀਆਂ ਲਾ ਲਾ, ਆਪਣੇ ਰਿਵਾਜ ਹੈ। ਕੋਈ ਗੱਲ ਨਹੀਂ ਬੇਬੇ, ਮੈਂ ਬਣਾ ਦਿੰਨੀ ਮਿੱਠੀ ਰੋਟੀ। ਹੋਰ ਬਣਾ ਲਾ। ਠੀਕ ਹੈ। ਕਿਹੜਾ ਇਹਦਾ ਦਿਮਾਗ ਹੋਊਗਾ, ਮੈਂ ਤਾਂ ਇਹਦਾ ਦਿਮਾਗ ਹੀ ਦੇਖਦੀ ਸੀਗੀ ਵੀ ਕਿੰਨਾ ਕੰਮ ਕਰਦਾ। ਮੇਰਾ ਪੁੱਤਾ ਸੀ ਅਖੇ ਤਾਂ ਖਾਂਦਾ ਨਹੀਂ, ਮੈਨੂੰ ਤਾਂ ਲੱਗਦਾ ਨਹੀਂ ਹੈਗਾ। ਚਲ ਦੇਖਦੇ ਹਾਂ ਕੀ ਬਣਦਾ। ਅੱਛਾ, 5 ਰੋਟੀਆਂ ਬਣਾਤੀਆਂ, ਬਹੁਤ ਨੇ। ਮੇਰੀ ਮਾਂ ਨਾਲੋਂ ਸਿਆਣੀ ਤਾਂ ਨਹੀਂ ਹੈਗੀ ਬੇਬੇ, ਜਿਵੇਂ ਜਿਵੇਂ ਮੇਰੀ ਮੰਮੀ ਨੇ ਸਿਖਾਇਆ ਸੀ ਸਾਰਾ ਕੁਝ ਠੀਕ ਹੀ ਸਿਖਾਇਆ। ਬਣਾਤੀ ਬੇਬੇ ਰੋਟੀ ਤਾਂ। ਬਣਾ ਵੀ ਲਈਆਂ? ਹਾਂ। ਅੱਛਾ ਦੇਖਾ, ਦੇਖਿਓ ਬਣਾਇਆ ਈ ਦੇਖਦੀ ਹਾਂ। ਲਓ ਨੂੰ ਤਾਂ ਮਿੰਟ ਲਾਇਆ। ਰੀਤ, ਜਾਣੇ ਤਾਂ ਆਪਾਂ 4 ਆ ਤੇ ਰੋਟੀਆਂ ਪਤ 5 ਹੀ ਲਾਈਆਂ। ਦੇਖੋ ਬੇਬੇ, ਮੈਂ ਸਾਰੇ ਟੱਬਰ ਨਾਲ ਨਹੀਂ ਵਿਆਹੀ ਹੋਈ, ਉਹਦੇ ਕੱਲੇ ਨਾਲ ਵਿਆਹੀ ਹੋਈ ਆ। ਮੈਂ ਤਾਂ 5 ਹੀ ਰੋਟੀਆਂ ਬਣਾਉਂਗੀ। ਦੇਖ ਬੇਬੇ, 2 ਰੋਟੀਆਂ ਮੇਰੀਆਂ ਤੇ 3 ਮੇਰੇ ਘਰ ਵਾਲੇ ਦੀਆਂ। ਲੈ ਕੁੜੇ, ਤੂੰ ਮੇਰੇ ਨਾਲ ਸਾਰੀ ਆਡੇ ਲਾਉਣ ਲੱਗ ਗਈ। ਬੇਬੇ, ਇਹ ਚਾਡੇ ਵਾਲੀ ਕੀ ਗੱਲ ਆ, ਜੇ ਤੁਹਾਡੇ ਘਰੇ ਰਿਵਾਜ ਆ ਨਾ, ਸਾਡੇ ਘਰ ਵੀ ਇਹੀ ਰਿਵਾਜ ਆ ਵੀ ਜਦ ਤੱਕ 1.25 ਮਹੀਨਾ ਨਹੀਂ ਹੁੰਦਾ ਨਾ ਵਿਆਹ ਨੂੰ, ਉਹਨਾਂ ਟਾਈਮ ਮੈਂ ਦੋਨੇ ਜੀਆਂ ਦੀ ਰੋਟੀ ਬਣਵਾਉਂਗੀ ਤੇ 1.25 ਮਹੀਨੇ ਬਾਅਦ ਸਾਰੇ ਪਿੰਡ ਦੀ ਰੋਟੀ ਲਿਹਾ ਲਿਆ ਕਰੀ। ਮੈਂ ਤਾਂ ਤੇਰਾ ਦਿਮਾਗ ਹੀ ਦੇਖਦੀ ਸੀ ਕਿੰਨਾ ਕੁ ਐ। ਤਾਂ ਮੇਰਾ ਪੁੱਤ ਵੀ ਕਹਿੰਦੀ ਵੀ ਖਾਨਦਾਨੀ ਕੁੜੀ ਵਿਆਹ ਕੇ ਲਿਆਇਆ। ਬੇਬੇ,
ਜੇ ਤੁਸੀਂ ਸ਼ਹਿਰ ਹੋ ਨਾ, ਮੇਰੀ ਮਾਂ ਨੇ ਵੀ ਮੈਨੂੰ ਸਾਰਾ ਕੁਝ ਸਿਖਾ ਕੇ ਭੇਜਿਆ, ਉਹ ਵੀ ਸਵਾ ਸ਼ਹਿਰ ਆ। ਲੈ ਪੁੱਤ, ਹੁਣ ਮੈਨੂੰ ਭੋਰਾ ਫਿਕਰ ਨਹੀਂ ਹੈਗਾ, ਜ਼ਮੀਨ ਵੀ ਸੰਭਾਲ ਲੇਗੀ, ਘਰ ਵੀ ਸੰਭਾਲ ਲੇਗੀ ਤੇ ਮੇਰੇ ਪੁੱਤ ਨੂੰ ਵੀ ਸੰਭਾਲ ਲੇਗੀ, ਮੈਂ ਤਾਂ ਸੁਰਖਰੂ ਹੋ ਗਈ ਹਾਂ। ਹੁਣ ਤੁਸੀਂ ਜਮਾ ਵੀ ਸੋਚਣਾ ਕਰੋ, ਮੈਂ ਸੀਰੀ ਤੋਂ ਵੀ ਸਾਰਾ ਕੰਮ ਆਪ ਕਰਵਾਇਆ ਕਰੂੰ ਤੇ ਇਹਨਾਂ ਤੋਂ ਵੀ ਨਾ ਖੇਤ ਦਾ ਸਾਰਾ ਕੰਮ ਆਪ ਅੱਗੇ ਲੈ ਕੇ ਕਰਾਇਆ ਕਰੂੰਗੀ, ਨਾਲੇ ਵਧੀਆ ਫਸਲ ਹੋਣ ਲੱਗ ਜੂ ਖੇਤ। ਠੀਕ ਹੈ ਪੁੱਤ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਤੇ ਆ ਫੜ ਚਾਬੀਆਂ। ਲੈ ਬੇਟਾ, ਤਾਂ ਹੀ ਤਾਂ ਮੈਂ ਕਹਿਣਾ ਹੁੰਦਾ ਸੀ ਵੀ ਖਾਨਦਾਨੀ ਨੂੰ ਲੈਣੀ ਹੈ, ਨਹੀਂ ਹੋਰ ਤਾਂ ਲੈਣੀ ਨਹੀਂ। ਹਾਂ ਫਿਰ ਖਾਨਦਾਨੀ ਹੁਣ ਤਾਂ ਹਾਂ ਖਾਨਦਾਨੀ, ਹੁਣ ਤੈਨੂੰ ਪਤਾ ਲੱਗ ਗਿਆ ਨਾ। ਹਾਂ ਹਾਂ, ਉਹ ਤੈਨੂੰ ਪਿੱਛੇ ਛੱਡ ਦੂਗੀ। ਜੇ ਕਿੱਧਰ ਛੱਡ ਦੂਗੀ, ਇੱਥੇ ਹੀ ਰਹੂੰਗਾ ਤਾਂ। ਉਹ ਆਉਂ ਗੱਲ ਕਰਦੇ ਆ ਵੀ ਕੰਮ ਕੁੰਮ ਚ। ਹਾਂ ਕੰਮ ਆਪੇ ਕਰੋ, ਚੰਗਾ ਦੋਨੇ ਨਾਲ ਮਿਲ ਕੇ ਕਰੀਓ, ਮੈਨੂੰ ਨਾ ਤੰਗ ਕਰੋ। ਬਸ ਹੁਣ ਨਹੀਂ ਕਰ ਦਿੰਦੀ, ਮੈਂ ਤਾਂ ਆਰਾਮ ਨਾਲ ਪਈ ਰਿਹਾ ਕਰੂੰ, ਬੈਠੀ ਰਿਹਾ ਕਰੂੰ, ਤਾਂ ਮਾਲ ਫੇਰ ਲਿਆ ਕਰੂੰ, ਮੈਨੂੰ ਤੰਗ ਨਾ ਕਰੋ ਬਸ। ਬਸ ਠੀਕ ਆ, ਉਹ ਬਾਤ ਤਾਂ ਰਹਿ ਗਈ ਆ ਗੜਬੀ ਦੀ, ਨੀ ਵਿੰਗੀ ਨਹੀਂ ਕੀਤੀ ਤੂੰ। ਮੈਂ ਤਾਂ ਡਰ ਗਈ।